ਮੈਂ ਸ਼ੁਰੂਆਤ ਕਰਦਾ ਕਿਉਂਕਿ ਜਿਸ ਤਰੀਕੇ ਨਾਲ ਕਾਂਗਰਸ ਪਲਟਵਾਰ ਕਰ ਰਹੀ ਹੈ ਉੱਥੋਂ ਹੀ ਸ਼ੁਰੂ ਕਰਾਂਗੇ। ਦੇਖੋ ਦੋ ਚੀਜ਼ਾਂ ਮੈਂ ਸ਼ੁਰੂਆਤ ਕਿਹਾ ਸੀਗਾ, ਇੱਕ ਪਾਸੇ ਚੋਣਾਂ ਦੀ ਦਸਤਕ ਹੈ, ਇਲੈਕਸ਼ਨ ਦੀ ਅਨਾਊਂਸਮੈਂਟ ਹੋਣ ਜਾ ਰਹੀ ਹੈ, ਇਸ ਸਭ ਦੇ ਵਿਚਾਲੇ ਦਲ ਬਦਲੀਆਂ ਦਾ ਦੌਰ ਹੈ ਤੇ ਕਾਂਗਰਸ ਦੇ ਉੱਤੇ ਖਾਸ ਤੌਰ ਤੇ ਨਜ਼ਰ ਹੈ, ਬਾਕੀ ਪੋਲੀਟੀਕਲ ਪਾਰਟੀਆਂ ਦੇ ਲੱਗ ਰਿਹਾ। ਸਿਗੜਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ, ਕਿਉਂ ਜ਼ਰੂਰਤ ਪੈ ਰਹੀ ਹੈ ਤੁਹਾਨੂੰ ਕਾਂਗਰਸੀਆਂ ਦੀ? ਸਾਨੂੰ ਜ਼ਰੂਰਤ ਨਹੀਂ ਪੈ ਰਹੀ ਕਾਂਗਰਸੀਆਂ ਦੀ। ਭਗਵੰਤ ਮਾਨ ਸਾਹਿਬ ਨੇ ਕੰਮ ਹੀ ਇੰਨੇ ਕੀਤੇ ਆ 2 ਸਾਲ ਦੇ ਵਿੱਚ, ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਹੀ ਇੰਨੀਆਂ ਲੋਕਾਂ ਨੂੰ ਪਸੰਦ ਆ ਰਹੀਆਂ ਆ ਕਿ ਜਿਹੜੇ ਦੂਸਰੀਆਂ ਪਾਰਟੀਆਂ 'ਚ ਥੋੜੇ ਬਹੁਤ ਬਚੇ ਖੁਚੇ ਚੰਗੇ ਆਗੂ ਹੈਗੇ ਨੇ ਉਹ ਖੁਦ ਪ੍ਰੈਫਰ ਕਰ ਰਹੇ ਨੇ। ਤੁਸੀਂ ਅੱਜ ਡਾਕਟਰ ਸਾਹਿਬ ਨੂੰ ਸੁਣਿਆ ਹੋਣਾ, ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਨੂੰ ਸੁਣਿਆ ਹੋਣਾ, ਉਹਨਾਂ ਨੇ ਕਿਸ ਤਰ੍ਹਾਂ ਖੁਦ ਦੱਸਿਆ ਆ ਕਿ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਸਾਹਿਬ ਦੇ ਜਿਹੜੇ ਖਾਹਿਸ਼ ਸੀਗੀ ਕਿ ਐਜੂਕੇਸ਼ਨ ਤੇ ਹੋਰ ਸਾਰਾ ਕੁਛ ਉਹ ਤੇ ਪਹਿਰਾ ਦਿੱਤਾ ਜਾ ਰਿਹਾ। ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਐਜੂਕੇਸ਼ਨ ਸਿਹਤ ਸਹੂਲਤਾਂ ਤੇ ਕਿੰਨਾ ਕੰਮ ਹੋ ਰਿਹਾ ਆ, 42,000 ਤੱਕ ਨੌਕਰੀਆਂ ਭਗਵੰਤ ਮਾਨ ਸਾਹਿਬ ਆਪਣੇ ਹੱਥੀਂ ਦੇ ਚੁੱਕੇ ਆ, ਹੋਰ ਜਿੰਨੇ ਵੀ ਕੰਮ ਹੋਏ ਆ। ਤੁਸੀਂ ਕਹਿ ਰਹੇ ਹੋ ਕਿ ਅਸੀਂ ਬੂਹਾ ਨਹੀਂ ਭੇੜਿਆ, ਆ ਕੋਈ ਮਰਜ਼ੀ ਜਾਵੇ ਅਸੀਂ ਸੱਦਣਾ ਕਿਸੇ ਨੂੰ ਨਹੀਂ, ਇੱਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ। ਪੋਲੀਟਿਕਸ ਦੇ ਵਿੱਚ ਜੇ ਕੋਈ ਅੱਛਾ ਵਿਅਕਤੀ ਹੈਗਾ, ਤੁਸੀਂ ਡਾਕਟਰ ਸਾਹਿਬ ਦਾ ਦੇਖੋ ਨਾ, ਐਜੂਕੇਟਡ ਪਰਸਨ ਨੇ, ਰੇਡੀਓਲੋਜਿਸਟ ਨੇ, ਔਰ ਉਹਨਾਂ ਤੇ ਕੋਈ ਦਾਗ ਨਹੀਂ ਹੈਗਾ, ਔਰ ਉਹ MLA-ship ਛੱਡਣ ਲਈ ਛੱਡ ਕੇ ਆ ਰਹੇ ਨੇ ਪਾਰਟੀ 'ਚ। ਇਹ ਹਰ ਇੱਕ ਪੋਲੀਟੀਸ਼ੀਅਨ ਦੀ, ਹਰ ਇੱਕ ਸਿਆਸੀ ਵਿਅਕਤੀ ਦੀ ਆਪਣੀ ਚੋਇਸ ਹੈ, ਕੋਈ ਸੰਵਿਧਾਨ ਦੇ ਵਿੱਚ ਮਨਾ ਨਹੀਂ ਹੈ ਪਾਰਟੀ ਬਦਲਣਾ, ਔਰ ਲੋਕਾਂ ਨੂੰ ਦਿਸ ਜਾਂਦਾ ਹੁੰਦਾ ਹੈ ਕਿ ਕੋਈ ਸਵਿਚ ਓਵਰ ਕੋਈ ਆਪਣੇ ਨਿੱਜੀ ਲਾਭ ਲਈ ਕਰ ਰਿਹਾ ਆ, ਜਾਂ ਆਪਣੇ ਜਿਹੜੀ ਮਨ ਦੇ ਅੰਦਰ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਆ ਉਹਦੇ ਵਾਸਤੇ ਕਰ ਰਿਹਾ। ਉਹਨਾਂ ਨੇ ਖੁਦ ਦੱਸਿਆ ਕਿ ਸਾਡੇ ਆਲੇ ਦੁਆਲੇ ਗਰੀਬਾਂ ਦੇ ਕੋਲ ਛੱਤ ਵੀ ਨਹੀਂ ਹੈ ਬਹੁਤਿਆਂ ਕੋਲ। ਜਦੋਂ ਮੈਂ ਭਗਵੰਤ ਮਾਨ ਸਾਹਿਬ ਨਾਲ ਗੱਲ ਕੀਤੀ, ਮੁੱਖ ਮੰਤਰੀ ਸਾਹਿਬ ਨਾਲ, ਉਹਨਾਂ ਨੇ ਇੱਕਦਮ ਗ੍ਰਾਂਟ ਦਿੱਤੀ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਅਸਲੀ ਲੀਡਰਾਂ ਨੂੰ ਪ੍ਰਭਾਵਿਤ ਕਰਦੀਆਂ ਆ। ਔਰ ਜਿਹੜਾ ਬਾਜਵਾ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਸੀ, ਇਸ ਤਰੀਕੇ ਦਾ ਪੈ ਰਿਹਾ ਹੈ ਕਿ ਇਸ ਕਰਕੇ ਉਹ ਤੁਹਾਡੇ ਵਾਲੇ ਪਾਸੇ ਖਿੱਚੇ ਚਲੇ ਆ ਰਹੇ ਨੇ, ਚੁੰਬਕ ਬਣੇ ਹੋਏ ਹੋ ਤੁਸੀਂ, ਤੁਹਾਡੇ ਵਾਲੇ ਪਾਸੇ ਆ ਰਹੇ ਨੇ। ਚੁੰਬਕ ਨਹੀਂ, ਦੇਖੋ ਰਿਸੋਰਸ ਜਿਹੜੇ ਇਕਨੋਮਿਕਸ ਦਾ ਲਾਅ ਹੈ, ਰਿਸੋਰਸ ਜਿਹੜੇ ਆ ਉਹ ਟੁਵਾਰਡਸ ਬੈਸਟ ਯੂਟੀਲਾਈਜੇਸ਼ਨ, ਡਾਕਟਰ ਚੱਬੇਵਾਲ ਵਰਗੇ ਵਿਅਕਤੀ ਸਾਨੂੰ ਚਾਹੀਦੇ ਨੇ ਇਕਨੋਮਿਕਸ। ਚਲੋ ਆਪਾਂ ਸਾਰਿਆਂ ਦਾ ਇੱਕ ਵਾਰ ਰਿਐਕਸ਼ਨ ਲਈਏ, ਮੈਂ ਉਸ ਤੋਂ ਬਾਅਦ ਤੁਹਾਡੇ ਕੋਲ ਆਉਣਾ ਖੜਿਆਲ ਸਾਹਿਬ। ਕਾਂਗਰਸ ਨੂੰ ਬੈਕ ਟੂ ਬੈਕ ਝਟਕੇ ਲੱਗ ਰਹੇ ਨੇ ਹੁਣ, ਚਾਹੇ ਰਾਜਾ ਬਣਿੰਗ ਹੋਣ, ਤੁਹਾਡੀ ਪਾਰਟੀ ਦੇ ਵੱਡੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਹੋਣ, ਬੜੇ ਤਿੱਖੇ ਤੇ ਤੰਜ ਭਰੇ ਅੰਦਾਜ਼ ਦੇ ਵਿੱਚ, ਬੇਸ਼ੱਕ ਤੁਸੀਂ ਗੁਰਪ੍ਰੀਤ ਜੀਪੀ ਤੋਂ ਲੈ ਕੇ ਮੌਜੂਦਾ ਸਮੇਂ ਚੱਬੇਵਾਲ ਤੱਕ ਨਿਸ਼ਾਨੇ ਸਾਧ ਰਹੇ ਹੋ, ਪਰ ਦੇਖੋ ਇੱਕ ਫੈਕਟ ਇਹ ਹੈ ਕਿ ਤੁਹਾਡੇ ਆਗੂ ਤੁਹਾਨੂੰ ਛੱਡ ਕੇ ਜਾ ਰਹੇ ਨੇ, ਉਹ ਵਜ੍ਹਾ ਕੀ ਹੈ ਹੁਣ ਤੁਸੀਂ ਜਾਣਦੇ ਹੋ ਜਾਂ ਖੁਦ ਜਾਣਦੇ ਨੇ, ਪਰ ਇੱਕ ਫੈਕਟ ਹੈ ਪੰਜਾਬ ਦੇ ਲੋਕਾਂ ਤੱਕ ਪਹੁੰਚ ਰਿਹਾ ਕਿ ਕਾਂਗਰਸ ਨੂੰ ਛੱਡ ਕੇ ਜਾ ਰਹੇ। ਦੋ ਚੀਜ਼ਾਂ ਕਹੂੰਗਾ ਤੁਹਾਡੇ ਸਵਾਲ ਨੂੰ, ਪਹਿਲਾਂ ਤਾਂ ਇਸ ਚੀਜ਼ ਦੇ ਬਾਵਜੂਦ ਜਿਹੜਾ ਤੁਹਾਡਾ ਹੀ ਓਪੀਨੀਅਨ ਪੋਲ ਆਇਆ ਉਹ ਕਹਿ ਰਿਹਾ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਰਹੀ ਹੈ ਪੰਜਾਬ ਦੇ ਵਿੱਚ, 7 ਸਾਨੂੰ ਦਿੱਤੀਆਂ, ਤੇ ਜਿਹੜੀ ਪਾਰਟੀ ਦੇ ਵਿੱਚ ਇਹ ਗਏ ਨੇ ਆਮ ਆਦਮੀ ਪਾਰਟੀ ਨੂੰ 1 ਸੀਟ ਦਿੱਤੀ ਹੈ, ਇਹ ਬੜਾ ਕੁਛ ਬਿਆਨ ਕਰ ਦਿੰਦਾ। ਦੂਜੀ ਗੱਲ, ਜਦੋਂ ਫਾਰਮਰ CM ਕੈਪਟਨ ਸਾਹਿਬ ਦੇ ਜਾਣ 'ਤੇ ਕਾਂਗਰਸ ਪਾਰਟੀ ਨੂੰ ਫਰਕ ਨਹੀਂ ਪਿਆ, ਜੇ ਫਰਕ ਪਿਆ ਤਾਂ ਕੈਪਟਨ ਸਾਹਿਬ ਨੂੰ ਪਿਆ, ਉਹ ਇਲੈਕਸ਼ਨ ਵੀ ਹਾਰੇ, ਜਿਹੜੀ ਪਾਰਟੀ ਦੇ ਵਿੱਚ ਗਏ ਉਹ ਪਾਰਟੀ ਵੀ ਹਾਰੀ, ਉਹ 2 ਸੀਟਾਂ 'ਤੇ ਸਿਮਟੀ, ਅਤੇ ਉਹ ਕਹਿੰਦੇ ਨਾ ਗੌਰਵ ਜੀ, ਜਦੋਂ ਦਰਖਤ ਤੋਂ ਟਾਹਣੀ ਟੁੱਟਦੀ ਹੈ, ਫਰਕ ਦਰਖਤ ਨੂੰ ਨਹੀਂ ਪੈਂਦਾ ਹੁੰਦਾ, ਟਾਹਣੀ ਨੂੰ ਪੈਂਦਾ ਹੁੰਦਾ, ਉਹ ਸੁੱਕ ਜਾਂਦੀ ਹੈ, ਅਸਤਿਤਵ ਗਵਾਹ ਬਹਿੰਦੀ ਹੈ, ਦਰਖਤ ਇਹ ਤਾਂ ਨਵੀਂ ਤਾਜ਼ੀ ਤਕੜੀ ਟਾਹਣੀ ਫਿਰ ਆ ਜਾਂਦੀ ਹੈ। ਦੂਜੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦਾ ਬੈਡਰੌਕ ਹੈ ਸਾਡੇ ਵਰਕਰ, ਸਾਡੀ ਆਈਡੀਓਲੋਜੀ, ਇਹ ਕੱਲ੍ਹ ਵੀ ਕਾਇਮ ਸੀ, ਅੱਜ ਵੀ ਕਾਇਮ ਹੈ, ਅਤੇ ਅੱਗੇ ਵੀ ਕਾਇਮ ਰਹੂ। ਮੈਂ ਤਾਂ ਮਾਨ ਸਾਹਿਬ ਨੂੰ ਪੁੱਛੂੰਗਾ ਕਿ ਮਾਨ ਸਾਹਿਬ ਕਹਿੰਦੇ ਸੀਗੇ ਤਿੱਤਲੀ ਕਦੇ ਇਹ ਫੁੱਲ 'ਤੇ ਕਦੇ ਉਹ ਫੁੱਲ 'ਤੇ, ਹੁਣ ਫਿਰ ਕਹਿਣਗੇ ਤਿੱਤਲੀ
ਦੱਸਣਗੇ ਸਿਚੁਏਸ਼ਨ ਨੂੰ ਤਿਤਲੀ ਡਿਸਕ੍ਰਾਈਬ ਕਰਨਗੇ ਕਿ ਨਹੀਂ ਕਰਨਗੇ। ਫਿਰ ਮਾਨ ਸਾਹਿਬ ਨੇ ਸਟੈਂਡ ਵਾਲੀ ਗੱਲ ਵੀ ਕੀਤੀ ਸੀ ਵੀ ਸਾਈਕਲ ਦਾ ਤਾਂ ਸਟੈਂਡ ਹੁੰਦਾ ਹੈ, ਕਿਸੇ ਦਾ ਸਟੈਂਡ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਦਾ ਸਟੈਂਡ ਕਿੱਥੇ ਗਿਆ? ਇਹ ਉਹੀ ਛੱਬੇਵਾਲ ਸਾਹਿਬ ਨੇ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਜੋਕਰ ਕਿਹਾ ਸੀ ਸਾਰਿਆਂ ਨੂੰ। ਇਹ ਉਹੀ ਛੱਬੇਵਾਲ ਸਾਹਿਬ ਨੇ ਜਿਨ੍ਹਾਂ ਨੇ ਸੰਗਲ ਲੈ ਕੇ ਗਏ ਸੀਗੇ ਤੇ ਕਿਹਾ ਸੀਗਾ ਸਰਕਾਰ ਦੇ MLAs ਨੂੰ ਸੰਗਲ ਦੇ ਨਾਲ ਬੰਨ ਦਿਓ। ਇਹ ਉਹੀ ਛੱਬੇਵਾਲ ਸਾਹਿਬ ਨੇ ਜਿਹੜੇ ਲੋਹੇ ਦੀ ਕੁਰਸੀ ਲੈ ਕੇ ਗਏ ਸੀ ਵੀ ਸਪੀਕਰ ਸਾਹਿਬ ਵੱਲੋਂ ਲਾਅ ਐਂਡ ਆਰਡਰ ਸਿਚੁਏਸ਼ਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲੀਅਰ ਹੈ, ਬਹੁਤ ਜਲਦ ਨਾਰੇ ਲੱਗਣਗੇ ਮੁਰਦਾਬਾਦ ਮੁਰਦਾਬਾਦ ਦੇ। ਇਹ ਉਹੀ ਛੱਬੇਵਾਲ ਸਾਹਿਬ ਨੇ, ਤੁਸੀਂ ਫੇਰ ਵੀ ਨਹੀਂ ਉਹਨਾਂ ਨਾਲ। ਉਹੀ ਛੱਬੇਵਾਲ ਸਾਹਿਬ ਨੇ, ਮੈਂ ਤੁਹਾਡੀ ਗੱਲ ਸਮਝ ਰਿਹਾ, ਦੇਖੋ ਲੋਕ ਵੀ ਜਾਣ ਰਹੇ ਹੋਣਗੇ, ਪਰ ਖੜਿਆਲ ਸਾਹਿਬ ਗੱਲ ਇਹ ਹੈ ਨਾ ਕਿ ਇੰਨਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਉਹ ਕਾਂਗਰਸ ਦੇ ਨਾਲ ਡਟ ਕੇ ਖੜਦੇ ਰਹੇ, ਪਰ ਕਾਂਗਰਸ ਛੱਡ ਗਏ। ਮੈਂ ਦੱਸਦਾ ਕੋਈ ਨਾ ਕੋਈ ਤਾਂ ਵਜ੍ਹਾ ਹੋਈ ਹੋਏਗੀ ਨਾ, ਆਖਿਰ ਕਿਉਂ ਛੱਬੇਵਾਲ ਨੂੰ ਪਾਰਟੀ ਛੱਡਣੀ ਪੈ ਗਈ? ਦੇਖੋ ਛੱਡ ਕੇ ਤਾਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਛੋਟੇਪੁਰ ਸਾਹਿਬ ਬੜੇ ਗਏ ਸੀ, ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਚੋਂ ਵੀ, ਰਾਈਟ? ਲੇਕਿਨ ਮੈਂ ਤਾਂ ਇਹ ਗੱਲ ਕਹੂੰਗਾ ਕਿ ਉਹਨਾਂ ਨੇ ਜਦੋਂ ਕਿਹਾ ਛੱਬੇਵਾਲ ਸਾਹਿਬ ਨੇ ਨਾ ਵੀ ਕਰਜ਼ੇ ਦੀ ਪੰਡ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਰਿਕਾਰਡ ਤੋੜਤੇ 75 ਸਾਲਾਂ ਦੇ, 70,000 ਕਰੋੜ ਰੁਪਇਆ 2 ਸਾਲਾਂ ਦਾ, ਅੱਜ ਸਾਰਾ ਕੁਛ ਉਹ ਠੀਕ ਹੋ ਗਿਆ ਤੇ ਆਮ ਆਦਮੀ ਪਾਰਟੀ ਨੂੰ ਪੁੱਛੂਗਾ ਤੁਹਾਡਾ ਕੋਈ ਸਟੈਂਡ ਹੈ ਕਿ ਨਹੀਂ, ਤੁਹਾਨੂੰ ਆਹ ਸਾਰਾ ਕੁਛ ਕਹੀ ਜਾਂਦੇ ਹੈ, ਤੁਸੀਂ ਉਹਨਾਂ ਨੂੰ ਫਿਰ ਵੈਲਕਮ ਕਰ ਰਹੇ ਹੋ, ਕਿਉਂ ਹੋ ਰਿਹਾ? ਕਿਉਂਕਿ ਆਮ ਆਦਮੀ ਪਾਰਟੀ ਦਾ ਲਾਸਟ ਡਿਚ ਐਫਰਟ ਹੈ, ਦੇ ਆਰ ਪ੍ਰਿਪੇਅਰਿੰਗ ਫਾਰ ਦ ਸਟੋਰਮ ਵਿਚ ਇਜ਼ ਟੂ ਕਮ ਫਾਰ ਦੈਮ, ਉਹ ਸਟੋਰਮ ਦਾ ਨਾਮ ਹੈ ਕਾਂਗਰਸ ਪਾਰਟੀ। ਉਹ ਚਾਹੇ, ਮੈਂ ਲਾਸਟ ਪੁਆਇੰਟ ਹੈ, ਚਾਹੇ ਤੁਹਾਡਾ ਪੋਲ ਹੈ, ਚਾਹੇ ਮੂਡ ਆਫ ਦ ਨੇਸ਼ਨ ਸਰਵੇ ਹੈ, ਚਾਹੇ ਹੋਰ ਸਰਵੇਸ ਹੈ, ਸਾਰੇ ਇੱਕੋ ਗੱਲ ਕਹਿ ਰਹੇ, ਇੱਕ ਬਿਆਨ ਦੇ ਰਹੇ ਹੈ, ਕਾਂਗਰਸ ਪਾਰਟੀ ਐਤਕੀ ਸਵੀਪ ਕਰੂਗੀ। ਨਾਲੇ ਦੂਜੀ ਗੱਲ ਮੈਂ ਇਹਨਾਂ ਨੂੰ ਕਹੂੰਗਾ, ਇਹ ਭਾਰਤੀ ਜਨਤਾ ਪਾਰਟੀ ਨੂੰ ਇਹੀ ਕਹਿੰਦੇ ਹੁੰਦੇ ਸੀਗੇ ਜੀ ਕਿ ਤੁਸੀਂ ਆਹ ਗਲਤ ਕੰਮ ਕਰ ਰਹੇ ਹੋ ਜੀ, ਤੁਸੀਂ ਸਾਡੀ ਪਾਰਟੀ ਚੋਂ ਲੀਡਰ ਲੈ ਕੇ ਜਾ ਰਹੇ ਹੋ ਜੀ, ਤੁਸੀਂ ਆਹ ਕਰ ਰਹੇ ਹੋ। ਅੱਜ ਐਗਜੈਕਟਲੀ ਸੇਮ ਚੀਜ਼ ਕਰਨ ਲੱਗ ਗਏ ਨਾ, ਮੈਂ ਤਾਂ ਹੀ ਕਹਿੰਦਾ ਵੇਟ ਕਰੋ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਹਾਡੇ ਪੁਆਇੰਟਸ ਆ ਗਏ। ਦੇਖੋ ਗੱਲ ਇਹ ਹੈ ਕਿ ਪਾਰਟੀ ਦੇ ਵਿੱਚੋਂ ਲੀਡਰ ਜਾ ਰਹੇ ਨੇ, ਹੁਣ ਉਹ ਦਰਖਤ ਦੇ ਨਾਲ ਟਾਹਣੀ ਟੁੱਟ ਗਈ ਜਾਂ ਇੱਕ ਇੱਕ ਕਰਦੇ ਕਿੰਨੀਆਂ ਟਾਹਣੀਆਂ ਟੁੱਟ ਗਈਆਂ ਕਿ ਫਿਰ ਵੀ ਦਰਖਤ ਨੂੰ ਕੋਈ ਫਰਕ ਨਹੀਂ ਪੈ ਰਿਹਾ, ਇਹ ਹੁਣ ਸਮਾਂ ਦੱਸੇਗਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਰੁਕ ਕਰਦਾ ਇੱਕ ਵਾਰ, ਧਾਰਨੀ ਸਾਹਿਬ ਸਾਡੇ ਨਾਲ ਨੇ ਤੇ ਸੋਈ ਸਾਹਿਬ ਜੁੜੇ ਹੋਏ ਨੇ, ਸੰਘੇੜਾ ਸਾਹਿਬ, ਮੈਂ ਤੁਹਾਡੇ ਤੋਂ ਰਿਐਕਸ਼ਨ ਲਵਾਂਗਾ। ਪਹਿਲਾਂ ਧਾਰਨੀ ਸਾਹਿਬ, ਧਾਰਨੀ ਸਾਹਿਬ ਤੁਹਾਡੇ ਵਾਲੇ ਪਾਸੇ ਵੀ ਘਰ ਵਾਪਸੀਆਂ ਦਾ ਦੌਰ ਬੜਾ ਚੱਲ ਰਿਹਾ ਹੈ ਇਲੈਕਸ਼ਨ ਤੋਂ ਪਹਿਲਾਂ, ਤੁਸੀਂ ਇਸ ਨੂੰ ਦਲ ਬਦਲੀਆਂ ਦੇ ਦੌਰ ਨੂੰ ਕਿਵੇਂ ਦੇਖ ਰਹੇ ਅਕਾਲੀ ਦਲ? ਦੇਖੋ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈਗੀ ਹੈ, ਅਕਾਲੀ ਦਲ ਕਿਸੇ ਸੋਚ ਦੀ ਪਾਰਟੀ ਹੈਗੀ ਹੈ, ਇੱਕ ਖੇਤਰੀ ਪਾਰਟੀ ਹੈਗੀ ਆ, ਔਰ ਲੋਕਾਂ ਦੀ ਪਾਰਟੀ ਹੈਗੀ ਹੈ, ਲੋਕਾਂ ਦੇ ਮਸਲੇ ਚੁੱਕਣ ਵਾਲੀ ਪਾਰਟੀ ਹੈ। ਜਿੱਥੋਂ ਤੱਕ ਇਹਨਾਂ ਦੀ ਗੱਲ ਹੈਗੀ ਹੈ, ਦੇਖੋ ਦੋਹਾਂ ਦੀ ਮੈਂ ਗੱਲ ਕਰਨੀ ਚਾਹੁੰਦਾ, ਆਮ ਆਦਮੀ ਪਾਰਟੀ ਦੀ ਵੀ ਔਰ ਕਾਂਗਰਸ ਦੀ ਵੀ। ਜੇ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਸੀ ਮੇਰਾ ਯਾਰ ਮੇਰਾ ਤਿਤਲੀਆਂ ਵਰਗਾ, ਕਦੇ ਉਸ ਫੁੱਲ ਤੇ ਕਦੇ ਉਸ ਫੁੱਲ ਤੇ। ਅੱਜ ਉਸ ਦਾ ਜਵਾਬ ਜ਼ਰੂਰ ਭਗਵੰਤ ਮਾਨ ਸਾਹਿਬ ਨੂੰ ਦੁਆਰਾ ਦੇਣਾ ਚਾਹੀਦਾ ਹੈ ਕਿ ਉਹ ਸ਼ਬਦ ਕਿਹਦੇ ਨਾਲ ਯੂਜ਼, ਕਿਹਦੇ ਲਈ ਯੂਜ਼ ਕੀਤੇ ਗਏ ਸੀ। ਹੁਣ ਦੂਜੀ ਗੱਲ ਦੇਖੋ, ਇਹ ਬੈਠੇ ਹੈਗੇ ਆ ਆਪਣਾ ਸੰਘੇੜਾ ਸਾਹਿਬ, ਮੇਰੇ ਵੱਡੇ ਭਰਾ ਹੈ, ਇਹਨਾਂ ਦਾ ਸੰਵਿਧਾਨ ਸੀ ਜੀ ਆਮ ਆਦਮੀ ਪਾਰਟੀ ਦਾ, ਉਸ ਆਮ ਆਦਮੀ ਪਾਰਟੀ ਦੇ ਸੰਵਿਧਾਨ ਦੇ ਵਿੱਚ ਦੋ ਗੱਲਾਂ ਲਿਖੀਆਂ ਹੋਈਆਂ ਸੀ ਮੇਨ, ਕਿ ਦੂਜੀ ਪਾਰਟੀ ਚੋਂ ਆਏ ਕਿਸੇ ਵੀ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਦੂਜੀ ਇਹਨਾਂ ਦੀ ਇਹ ਸੀ ਕਿ 3 ਸਾਲ ਬਾਅਦ ਉਸ ਨੂੰ ਐਕਟਿਵ ਮੈਂਬਰ ਜਿਹੜਾ ਹੈਗਾ ਬਣਾਇਆ ਜਾਊਗਾ। ਠੀਕ ਹੈ, ਹੁਣ ਇਹ ਤਾਂ ਗੱਲ ਕਿਤੇ ਰਹੀ ਨਾ, ਇਹਨਾਂ ਦਾ ਸੰਵਿਧਾਨ ਤਾਂ ਉੱਡ ਗਿਆ। ਹੁਣ ਰਹਿ ਗਈ ਆਮ ਆਪਣੇ ਕਾਂਗਰਸ ਦੀ ਗੱਲ, ਸਵਾਲ ਇਹ ਹੈ ਜੀ ਕਿ ਕਾਂਗਰਸ ਸਾਰੇ ਮੁਲਕ ਦੇ ਵਿੱਚ ਆਪਣਾ ਅਸਤਿਤਵ ਖੋਈ ਬੈਠੀ ਹੈ। ਇਹ ਕਦੇ ਤਰਲੇ ਮਾਰਦੇ ਆ, ਹੁਣ ਇਹ ਆਮ ਆਦਮੀ ਪਾਰਟੀ ਦੇ ਖਿਲਾਫ਼ ਬੋਲਦੇ ਆ, ਕਦੇ ਆਮ ਆਦਮੀ ਪਾਰਟੀ ਦੇ ਨਾਲ ਲੱਗੇ ਹੋਏ ਹੈਗੇ ਆ। ਮੈਂ ਇਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹੁੰਦਾ ਹੈਗਾ ਕਿ
ਦੇਖੋ ਇੱਕ ਨਾ ਬਹੁਤ ਵੱਡਾ ਸ਼ਾਹ ਮੁਹੰਮਦ ਦਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇੱਕ ਸੋਨੀਆ ਗਾਂਧੀ ਜੀ ਰਾਜ ਸਭਾ ਦੇ ਵਿੱਚ ਵੜ ਗਏ ਕਿਉਂਕਿ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਕਿਤੇ ਮੇਰੀ ਜਿਹੜਾ ਹੈਗਾ ਪਾਰਲੀਮੈਂਟ ਵੀ ਜਾਂਦੀ ਨਾ ਰਹੇ। ਔਰ ਇਹਨਾਂ ਦੇ ਜਿਹੜੇ ਬਾਕੀ ਜਿਹੜੇ ਹੈਗੇ ਆ ਆਪਣੇ ਰਾਹੁਲ ਜੀ, ਰਾਹੁਲ ਜੀ ਦਾ ਕੀ ਹਾਲ ਹੈਗਾ, ਕਿਸ ਤਰ੍ਹਾਂ ਸੈਂਟਰ ਦੇ ਲੀਡਰ ਜਿਹੜੇ ਹੈਗੇ ਆ ਗੁਲਾਮ ਨਬੀ ਆਜ਼ਾਦ ਵਰਗੇ ਜਿਹੜੇ ਹੈਗੇ ਕਿਸ ਕਿਸ ਤਰ੍ਹਾਂ ਛੱਡ ਕੇ ਗਏ ਆ ਉਹਨਾਂ ਦੀ ਕਾਬਲੀਅਤ ਨੂੰ ਦੇਖ ਕੇ। ਠੀਕ ਹੈ, ਅੱਜ ਜਿਹੜਾ ਸਭ ਤੋਂ ਪੰਜਾਬ ਦੇ ਵਿੱਚ ਮਸਲਾ ਹੈਗਾ, ਪੰਜਾਬ ਦੇ ਵਿੱਚ ਮਸਲਾ ਹੈਗਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਆ ਉਹਦੇ ਬੜੀ ਬੁਰੇ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਫੇਲ ਹੋਈ ਵੀ ਆ। ਕਾਰਨ ਕੀ ਹੈ, ਆਹ ਮੇਰੇ ਕੋਲ ਟ੍ਰਿਬਿਊਨ ਦੀ ਇੱਕ ਖਬਰ ਪਈ ਹੈ, ਮੈਂ ਤੁਹਾਡੇ ਚੈਨਲ ਦੇ ਉੱਤੇ ਦਿਖਾ ਰਿਹਾ ਹੈਗਾ। ਇਸ ਦੇ ਵਿੱਚ, ਇਸ ਖਬਰ ਦੇ ਵਿੱਚ ਲਿਖਿਆ ਹੋਇਆ ਜੀ, ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ, ਚਾਰ ਸਾਬਕਾ ਸੂਬਾ ਪ੍ਰਧਾਨ ਹੋਏ ਇੱਕਜੁੱਟ ਉੱਥੇ ਜਿਹੜਾ ਹੈਗਾ ਉਸ ਮੀਟਿੰਗ ਦੇ ਵਿੱਚ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਨਜ਼ਰ ਆਏ। ਇਹ ਕੌਣ ਕੌਣ ਹੈ, ਨਵਜੋਤ ਸਿੰਘ ਸਿੱਧੂ, ਦੂਲੋ ਸਾਹਿਬ, ਲਾਲ ਸਿੰਘ ਤੇ ਮਹਿੰਦਰ ਸਿੰਘ ਕੇਪੀ। ਅੱਜ ਕਾਂਗਰਸ ਦੀ ਇਹ ਹਾਲਤ ਹੋਈ ਵੀ ਹੈ ਕਿ ਮਤਲਬ ਕਾਂਗਰਸ ਨੂੰ, ਕਾਂਗਰਸ ਦੇ ਲੋਕ ਇਸ ਕਰਕੇ ਛੱਡ ਛੱਡ ਕੇ ਜਾ ਰਹੇ ਆ ਕਿਉਂਕਿ ਕਾਂਗਰਸ ਦਾ ਫਿਊਚਰ ਕੋਈ ਨਹੀਂ ਹੈਗਾ। ਠੀਕ ਹੈ, ਔਰ ਜਿੱਥੋਂ ਤੱਕ ਸਾਡੀ ਗੱਲ ਹੈਗੀ ਆ, ਸਾਡਾ ਤਾਂ ਬਿਲਕੁਲ ਕਲੀਅਰ ਆ, ਸਾਡੀ ਤਾਂ ਸਟੇਟ ਖੇਤਰੀ ਪਾਰਟੀ ਹੈਗੀ ਆ, ਔਰ ਅਸੀਂ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਪੰਜਾਬੀਆਂ ਲਈ ਅਸੀਂ ਲੜਾਂਗੇ। ਮੈਂ ਤੁਹਾਡੇ ਕੋਲ ਵਾਪਸ ਅਗਲਾ ਸਵਾਲ ਲੈ ਕੇ ਆਊਂਗਾ, ਮੈਂ ਇੱਕ ਵਾਰ ਸੋਈ ਸਾਹਿਬ ਦਾ ਰੁਕ ਕਰਾਂ। ਸੋਈ ਸਾਹਿਬ, ਇੱਕ ਕਾਂਗਰਸੀ ਬੀਜੇਪੀ ਨੂੰ ਵੀ ਬਹੁਤ ਅਟਰੈਕਟ ਕਰ ਰਹੇ ਨੇ, ਜਾਂ ਬੀਜੇਪੀ ਨੂੰ ਲੱਗ ਰਿਹਾ ਕਿ ਕਾਂਗਰਸੀ ਜੇ ਇੱਧਰ ਆਉਂਦੇ ਨੇ ਤਾਂ ਕੋਈ ਦਿੱਕਤ ਨਹੀਂ। ਬਹੁਤ ਸਾਰੀ ਇੱਕ ਲੰਬੀ ਲਿਸਟ ਹੋ ਗਈ ਪੰਜਾਬ ਦੇ ਵਿੱਚ, ਪ੍ਰਨੀਤ ਕੌਰ ਵੀ ਉਹਨਾਂ ਦੇ ਵਿੱਚ ਐਡ ਹੋ ਗਏ। ਦਲ ਬਦਲੀਆਂ ਦੇ ਦੌਰ ਦੇ ਵਿੱਚ ਵਾਲੇ ਇਹ ਵੀ ਚਰਚਾ ਕਿ ਕਾਂਗਰਸ ਤੋਂ ਨਿਕਲੇ ਜਾਂ ਬੀਜੇਪੀ ਵਾਲੇ ਪਾਸੇ ਜਾਂ ਆਮ ਆਦਮੀ ਪਾਰਟੀ ਵਾਲੇ ਪਾਸੇ। ਦੇਖੋ ਗੌਰਵ ਜੀ, ਇਸ ਵਕਤ ਜੋ ਸਿਚੁਏਸ਼ਨ ਕਾਂਗਰਸ ਦੀ ਹੋ ਗਈ ਹੈ ਨਾ, ਆਹ ਬੜੀ ਤਰਸਯੋਗ ਸਿਚੁਏਸ਼ਨ ਹੈ। ਤੇ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਕਿਤੇ ਨਾ ਐਸਟ੍ਰੋਲੋਜਰ ਹੀ ਸੀਗੇ, ਇਹਨਾਂ ਨੇ ਇੱਕ ਪਿੱਛੇ ਜੇ ਕਿਹਾ ਸੀਗਾ ਕਿ ਇੱਕ ਸੀ ਕਾਂਗਰਸ, ਤੇ ਉਹ ਇੱਕ ਸੀ ਕਾਂਗਰਸ ਵਾਲਾ ਸਿਚੁਏਸ਼ਨ ਹੋਣੀ ਸ਼ੁਰੂ ਹੋ ਗਈ ਹੈ। ਠੀਕ ਹੈ, ਤੇ ਆਈ ਫੀਲ ਕੀ ਆ ਹੁਣ ਜੋ ਸਿਚੁਏਸ਼ਨ ਹੈ, ਨੈਚੁਰਲੀ ਹੈ ਕਿ ਜਿਹੜੇ ਪਾਰਟੀ ਨੂੰ, ਜਿਹਨਾਂ ਨੂੰ ਲੱਗ ਰਿਹਾ ਕਿ ਸਾਡਾ ਇਸ ਪਾਰਟੀ ਚ ਪੋਲੀਟੀਕਲ ਫਿਊਚਰ ਕੋਈ ਹੈ ਨਹੀਂ ਹੈ, ਉਹ ਛੱਡ ਛੱਡ ਕੇ ਜਾ ਰਹੇ ਨੇ। ਉਹ ਤੁਸੀਂ ਇੰਨਾ ਸਰਵੇ ਦਿਖਾਇਆ ਹੈਗਾ 411 ਸੀਟਾਂ ਜਦੋਂ ਬੀਜੇਪੀ ਲੈ ਰਹੀ ਹੈ, ਬੀਜੇਪੀ ਵੱਲ ਤੇ ਹਰ ਬੰਦਾ ਹੀ ਅਟਰੈਕਟ ਹੋਏਗਾ। ਉਹਨਾਂ ਨੂੰ ਲੱਗਦਾ ਹੈਗਾ ਕਿ ਇੱਕ ਜੇ ਅਸੀਂ ਆਪਣਾ ਪੋਲੀਟੀਕਲ ਫਿਊਚਰ ਜਿਹੜਾ ਹੈ ਉਹ ਸਿਕਿਓਰ ਕਰਨਾ ਹੈ, ਤੇ ਵੀ ਸ਼ੁਡ ਗੋ ਟੂ ਦਾ ਪਾਰਟੀ ਜਿਹੜੀ ਪਾਰਟੀ ਆਪਣੀ ਸਟਰੈਂਥ ਦੇ ਉੱਪਰ ਹੈ। ਲੇਕਿਨ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਗੱਲ ਦੱਸਣਾ ਚਾਹੁੰਦਾ, ਕਿਉਂਕਿ ਆਮ ਆਦਮੀ ਪਾਰਟੀ ਕੋਲ ਖੁਦ ਇਸ ਵਕਤ ਸਿਚੁਏਸ਼ਨ ਏਦਾਂ ਦੀ ਹੈ ਕਿ ਇਹਨਾਂ ਦੇ ਆਪਣੇ ਲੀਡਰ ਜਿਹੜੇ ਨੇ ਉਹ ਇਲੈਕਸ਼ਨ ਲੜਨਾ ਨਹੀਂ ਚਾਹੁੰਦੇ। ਉਹ ਚਾਹੁੰਦੇ ਨੇ ਕਿ ਮੈਂ ਨਾ ਅੱਜ ਦੋ ਚਾਰ ਬੰਦੇ ਹੁਣ ਮੇਰੇ, ਮੈਂ ਉੱਧਰ ਦੇ ਅੰਮ੍ਰਿਤਸਰ ਦੇ ਇਲਾਕੇ ਦਾ ਰਹਿਣ ਵਾਲਾ, ਤੇ ਇੱਕ ਦੋ ਬੰਦਿਆਂ ਨੂੰ ਟਿਕਟਾਂ ਮਿਲੀਆਂ ਨੇ ਜੀ, ਤੇ ਉਹ ਕਹਿੰਦੇ ਯਾਰ ਕਿੱਥੇ ਫਸਾ ਛੱਡਿਆ ਜੇ। ਉਹ ਕਹਿੰਦੇ ਯਾਰ ਸਾਨੂੰ ਉਮੀਦ ਸੀਗੀ ਕਿ ਉਹ ਫਲਾਣਾ ਬੰਦਾ ਕਾਂਗਰਸ ਦਾ ਜੁਆਇਨ ਕਰ ਲਏਗਾ ਤੇ ਟਿਕਟ ਉਹਨੂੰ ਮਿਲ ਜੂਗੀ, ਲੇਕਿਨ ਆ ਟਿਕਟ ਸਾਨੂੰ ਦੇ ਦਿੱਤੀ ਆ ਤੇ ਹੁਣ ਇੱਕ ਮੰਤਰੀਸ਼ਿਪ ਵੀ ਗਈ, ਕਿਉਂਕਿ ਆ ਇਹਨਾਂ ਨੂੰ ਆਪਣਾ ਜਿਹੜਾ ਮੰਤਰਾਲੇ ਮੰਤਰੀਸ਼ਿਪ ਉਹ ਛੱਡਣੀ ਪੈਣੀ ਹੈ ਕਿਉਂਕਿ ਆਫਿਸ ਉਹ ਪ੍ਰੋਫਿਟ ਹੋਲਡ ਕਰ ਰਹੇ ਨੇ। ਤੇ ਇੱਕ ਤਾਂ ਹੋਰ ਬੜੀ ਇੰਟਰਸਟਿੰਗ ਆ ਜੋ ਬ੍ਰੇਕਿੰਗ ਦੇ ਰਿਹਾ ਜੇ, ਇੱਕ ਕਾਂਗਰਸ ਦਾ ਬੜਾ ਵੱਡਾ ਲੀਡਰ ਦੁਆਬੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਉਹ ਤੇ ਉਹਦਾ ਮੁੰਡਾ ਵੀ ਸ਼ਾਇਦ ਕਿਤੇ ਜੁਆਇਨ ਕਰਨ ਦੀ ਤਿਆਰੀ ਕਰ ਰਹੇ ਜੇ ਦੂਜੀ ਪਾਰਟੀ ਕੋਈ। ਇਸ ਕਰਕੇ ਕਾਂਗਰਸ ਦਾ ਜਿਹੜਾ ਨਾ, ਹੁਣ ਤੁਸੀਂ ਆਪਣੇ ਆਪ ਹੀ ਗੈਸ ਕਰ ਲਓ, ਦੁਆਬੇ ਚ ਤੁਹਾਨੂੰ ਮੈਂ ਕਹਿਤਾ ਕਾਂਗਰਸ ਦਾ ਵੱਡਾ ਲੀਡਰ ਤੇ ਉਹਦਾ ਮੁੰਡਾ, ਦੋਵੇਂ ਵਿਧਾਇਕ ਨੇ ਨਹੀਂ, ਹੁਣ ਆਹ ਤੁਸੀਂ ਆਪਣੇ ਆਪ ਹੀ ਆਪ ਗੈਸ ਕਰ ਲਓ। ਹੁਣ ਕਈ ਵਾਰੀ ਹੁੰਦਾ ਕਿ ਓਪਨਲੀ ਨਹੀਂ ਕਹਿਣਾ ਚਾਹੀਦਾ, ਬਟ ਆਹ ਜਿਹੜੀ ਮੈਨੂੰ ਅੱਜ ਜਿਹੜੀ ਮੈਂ ਚੰਡੀਗੜ੍ਹ ਸੀਗਾ ਤੇ ਕਾਫੀ ਦੇਰ ਇੱਥੇ ਗੱਲਾਂ ਬਾਤਾਂ ਚੱਲਦੀਆਂ ਸੀ ਬਿਊਰੋਕ੍ਰੇਸੀ ਚ ਕਿ ਹੋ ਕੀ ਰਿਹਾ,
ਤੇ ਆਹ ਵੀ ਲੱਗ ਰਿਹਾ ਸੀਗਾ ਕਹਿੰਦੇ ਜੀ ਆਹ ਜਿਹੜੇ ਪੰਜੇ ਤੇ ਪੰਜੇ ਮੰਤਰੀ ਇਹਨਾਂ ਨੇ ਖੜੇ ਕੀਤੇ ਨੇ ਆਹ ਸਾਰੇ ਹਰਨੇ ਨੇ ਜੋ ਵਿਚਾਰਿਆਂ ਨੇ ਇਹਨਾਂ ਨੂੰ ਉਹਨਾਂ ਨੇ ਨਾ ਕਰਕੇ ਨਾ ਸਿੰਗਲ ਆਊਟ ਕਰਕੇ ਕਿ ਯਾਰ ਆਹ ਪੰਜ ਮੰਤਰੀ ਨੇ ਇਹਨਾਂ ਨੂੰ ਤੇ ਪਹਿਲਾਂ ਤੁਹਾਡੇ ਕੋਲ ਵੀ ਸੇਮ ਫਾਰਮੂਲਾ ਹੈ ਨਾ ਮੈਂ ਜਵਾਬ ਵੀ ਲੈਣਾ ਪਰ ਇੱਕ ਛੋਟਾ ਜਿਹਾ ਜਵਾਬ ਤੁਸੀਂ ਜ਼ਰੂਰ ਦਿਓ ਤੁਹਾਡੇ ਕੋਲ ਵੀ ਸੇਮ ਫਾਰਮੂਲਾ ਦਿਖਦਾ ਨਾ ਕਿ ਪ੍ਰਨੀਤ ਕੌਰ ਕਾਂਗਰਸ ਤੋਂ ਆਏ ਟਿਕਟ ਕੈਪਟਨ ਅਮਰਿੰਦਰ ਸਿੰਘ ਆਏ ਨੇ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਜਾਂ ਸੁਨੀਲ ਜਾਖੜ ਆਏ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਪੰਜਾਬ ਦੇ ਵਿੱਚ ਬਣਾ ਦਿੱਤਾ ਗਿਆ ਪਰ ਇਹਦੇ 'ਚ ਇੱਕ ਕੋਮਨ ਫੈਕਟਰ ਤੁਸੀਂ ਦੇਖ ਲਓ ਨਾ ਗੌਰਵ ਜੀ ਬਹੁਤ ਸਿਆਣੇ ਮੈਂ ਤੁਹਾਡੀ ਦੇਖ ਰਿਹਾ ਸੀ ਤਿੰਨ ਚਾਰ ਦਿਨਾਂ ਤੋਂ ਤੁਸੀਂ ਇੰਨਾ ਵਧੀਆ ਸਰਵੇ ਦਿਖਾਇਆ ਹੈਗਾ ਇੰਨੇ ਸਿਆਣੇ ਤੁਸੀਂ ਜਰਨਲਿਸਟ ਹੋ ਇੰਨੇ ਬਹੁਤ ਸੀਜ਼ਨਡ ਜਰਨਲਿਸਟ ਹੋ ਤੁਸੀਂ ਇੱਕ ਦੇਖੋ ਕਿ ਮਕੈਨਿਜ਼ਮ ਕੀ ਹੋ ਰਿਹਾ ਕਿਉਂਕਿ ਇੱਕ ਦੀ ਕਾਂਗਰਸ ਛੱਡ ਕੇ ਲੋਕੀ ਜਿਹੜੇ ਨੇ ਨਾ ਉਹ ਪਾਰਟੀ ਵੱਲ ਦੇਖ ਰਹੇ ਨੇ ਇਹਨਾਂ ਦਾ ਪਰਿਵਾਰ ਤੇ ਮੈਡਮ ਪ੍ਰਨੀਤ ਕੌਰ ਹੋਣਾ ਦਾ ਪਰਿਵਾਰ ਤੇ ਪਹਿਲਾਂ ਹੀ ਆ ਚੁੱਕਾ ਸੀਗਾ ਉਹਨਾਂ ਨੂੰ ਵੀ ਕੁੱਟਣ ਹੋ ਰਹੀ ਸੀਗੀ ਕਿ ਜਿਸ ਤਰ੍ਹਾਂ ਦੀ ਆ ਪਾਰਟੀ ਦੀ ਆਈਡੀਓਲੋਜੀ ਹੋਈ ਹੋਈ ਹੈ ਜਿਸ ਤਰ੍ਹਾਂ ਇਹਨਾਂ ਨੇ ਇੰਨੇ ਘਪਲੇ ਕੀਤੇ ਇੰਨੇ ਸ਼ਿਕਾਇਤ ਦੇਖੋ ਅੱਜ ਕਾਂਗਰਸ ਦਾ ਨਾਂ ਜਦੋਂ ਕੋਈ ਲੈਂਦਾ ਹੈ ਨਾ ਤੇ ਉਹ ਹਮੇਸ਼ਾ ਹੀ ਕਾਂਗਰਸ ਤੇ ਕਰਪਸ਼ਨ ਸਿਨੋਨਿਮਸ ਬਣੇ ਹੋਏ ਨੇ ਚਲੋ ਠੀਕ ਹੈ ਲੋਕੀ ਕਹਿੰਦੇ ਨੇ ਯਾਰ ਆਪਣੇ ਉੱਪਰ ਜਿਹੜਾ ਦਾਗ ਹੈ ਉਹਨੂੰ ਧੋ ਲਈਏ ਠੀਕ ਹੈ ਚਲੋ ਆਪਾਂ ਜਵਾਬ ਲਈਏ ਹੁਣ ਜਵਾਬ ਲਈਏ ਸੋਹੀਤ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਣਾ ਆਪਾਂ ਜਵਾਬ ਲਈਏ ਸੰਘੇੜਾ ਸਾਹਿਬ ਪਹਿਲਾਂ ਤੁਹਾਡੇ ਤੋਂ ਦੇਖੋ ਤੁਹਾਡੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਬੜੇ ਕਿੰਤੂ ਪਰੰਤੂ ਨੇ ਕਿ ਤੁਸੀਂ ਇੱਕ ਪਾਸੇ ਜਿਹੜੀ ਐਮ ਪੀ ਦੀ ਟਿਕਟ ਆ ਉਹ ਮੰਤਰੀਆਂ ਨੂੰ ਦੇ ਦਿੱਤੀ ਤੇ ਦੂਜੇ ਪਾਸੇ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਟਿਕਟ ਦਿੱਤੀ ਅਸੀਂ ਜੋ ਵੀ ਕਰਾਂਗੇ ਇਹ ਦੂਸਰੀਆਂ ਪਾਰਟੀਆਂ ਘਬਰਾਈਆਂ ਹੋਈਆਂ ਹੈ ਹਰ ਇੱਕ ਗੱਲ ਤੋਂ ਇਹਨਾਂ ਨੂੰ ਪ੍ਰੋਬਲਮ ਆ ਰਹੀ ਆ ਆਪਣੀ ਆਪਣੀ ਪਾਰਟੀ ਵੱਲ ਧਿਆਨ ਦੇਣ ਪੰਜਾਬ ਦੇ ਲੋਕ ਪਹਿਲਾਂ ਹੀ ਮਨ ਬਣਾ ਚੁੱਕੇ ਆ ਕਿ 13 ਦੀਆਂ 13 ਸੀਟਾਂ ਹੀ ਭਗਵੰਤ ਮਾਨ ਸਾਹਿਬ ਦੇ ਕੰਮਕਾਜ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਹੀ ਆਉਣੀਆਂ ਆ ਠੀਕ ਹੈ ਤੇ ਜਿਹੜੇ ਸਾਡੀ ਪਾਰਟੀ 'ਚ ਆ ਰਿਹਾ ਉਹਨਾਂ 'ਚ ਨੁਕਸ ਕੱਢ ਕੇ ਦਿਖਾ ਲਓ ਡਾਕਟਰ ਚੱਬੇਵਾਲ ਜੀ ਦੇ ਵਿੱਚ ਇਹਨਾਂ ਨੇ ਨੁਕਸ ਕੀ ਕੱਢਿਆ ਕਿ ਸੰਗਲ ਲੈ ਕੇ ਗਏ ਸੀ ਜਾਂ ਹੋਰ ਇਸ ਤਰ੍ਹਾਂ ਦਾ ਉਹ ਪਾਰਟੀ ਦੀ ਨੀਤੀ ਜਿਹੜੀ ਹੈ ਇਹਨਾਂ ਦੀ ਕਾਂਗਰਸ ਪਾਰਟੀ ਦੀ ਨੀਤੀ ਇਹ ਆ ਕਿ ਕਿਸੇ ਤਰ੍ਹਾਂ ਭੰਡੀ ਪ੍ਰਚਾਰ ਕਰਕੇ ਚੰਗੇ ਬੰਦਿਆਂ ਕੋਲੋਂ ਉਹ ਗੱਲਾਂ ਕਹਾਓ ਜੇ ਇਹਨਾਂ ਲੋਕਾਂ 'ਚ ਕਨਫਿਊਜ਼ਨ ਕ੍ਰੀਏਟ ਕਰੋ ਸ਼ਾਇਦ ਕੁਝ ਸਾਡਾ ਬਣ ਜਾਵੇ ਇਸ ਕਰਕੇ ਇਹਨਾਂ ਨੇ ਡਾਕਟਰ ਚੱਬੇਵਾਲ ਨੂੰ ਚੁਣਿਆ ਸੀਗਾ ਉਹਨਾਂ ਦੇ ਨਿੱਜੀ ਵਿਚਾਰ ਥੋੜ੍ਹੀ ਸੀਗੇ ਉਹ ਤਾਂ ਇਹਨਾਂ ਦੀ ਜਿਹੜੀ ਸਕ੍ਰਿਪਟ ਤਿਆਰ ਕਰਕੇ ਉਹਨਾਂ ਨੂੰ ਬੋਲਣੀ ਪਈ ਪਾਰਟੀ ਦਾ ਡਿਸਿਪਲਿਨ ਸੀਗਾ ਇਹਨਾਂ ਦਾ ਸੋ ਇਸ ਕਰਕੇ ਇਹ ਕੋਈ ਮਟੀਰੀਅਲਿਸਟਿਕ ਕੋਈ ਜਿਹੜੀ ਆ ਉਹ ਉਹਨਾਂ ਚੀਜ਼ਾਂ ਤੋਂ ਹਟ ਕੇ ਕੋਈ ਤਰਕ ਦੇ ਨਾਮ ਤੇ ਗੱਲ ਦੱਸੋ ਜੋ ਆਪਣਾ LOP ਪ੍ਰਤਾਪ ਬਾਜਵਾ ਸਾਹਿਬ ਬੋਲ ਕੇ ਗਿਆ ਮਹਿਕਮੇ ਸੌਦਾ ਮਾਲੀ ਮਦਦ ਬਾਜਵਾ ਸਾਹਿਬ ਇਹ ਸਾਡੀ ਸ਼ਬਦਾਵਲੀ ਨਹੀਂ ਹੈ ਇਹ ਸਾਡਾ ਕਲਚਰ ਨਹੀਂ ਹੈ ਇਹ ਕਾਂਗਰਸ ਦਾ ਕਲਚਰ ਆ ਜਾਂ ਜਿਹੜੇ ਕਾਂਗਰਸ ਦੇ ਕਲਚਰ ਵਾਲੇ BJP 'ਚ ਜਾਂਦੇ ਆ ਛੋਟਾ ਜਵਾਬ ਰੱਖੋ ਪਿੱਛੇ ਮੈਂ ਦਾਅਵੇ ਨਾਲ ਕਹਿਣਾ ਠੀਕ ਹੈ ਕੋਈ ਮੁੱਖ ਮੰਤਰੀ ਹੈਗਾ ਏਦਾਂ ਦਾ ਜਿਹਨੇ 2 ਸਾਲ 'ਚ ਇੰਨੇ ਕੰਮ ਕੀਤੇ ਹੁਣ ਖੜਿਆਲ ਜੀ ਥੈਂਕ ਯੂ ਦੇਖੋ ਪਹਿਲੀ ਗੱਲ ਤਾਂ ਭਾਰਤੀ ਜਨਤਾ ਪਾਰਟੀ ਨੇ ਇੱਥੇ ਕੁਝ ਗੱਲਾਂ ਕਹੀਆਂ ਨਾ ਤਾਂ 5 ਸਾਲਾਂ ਲਈ ਇਹਨਾਂ ਦੇ MP ਸਨੀ ਦਿਓਲ ਦਿਖਾਈ ਦਿੱਤੇ ਪੰਜਾਬ 'ਚ ਨਾ ਉਹਨਾਂ ਦਾ ਨਲਕਾ ਦਿਖਾਈ ਦਿੱਤਾ ਅਤੇ ਨਾ ਹੀ ਹੁਣ ਭਾਰਤੀ ਜਨਤਾ ਪਾਰਟੀ ਦਿਖਾਈ ਦੇਊਗੀ ਅਗਲੇ 5 ਸਾਲਾਂ ਲਈ ਦੂਜੀ ਗੱਲ ਜਿਹੜਾ ਭਾਈਵਾਲ ਹੈ ਅਨਅਫੀਸ਼ੀਅਲ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਹੁਣ ਬੀਬੀ ਜਗੀਰ ਕੌਰ ਜੀ ਢੀਂਡਸਾ ਸਾਹਿਬ ਭਾਰਤੀ ਜਨਤਾ ਪਾਰਟੀ ਇਹ ਸਾਰੇ ਕਿਉਂ ਰਡਾਰ 'ਤੇ ਆ ਰਹੇ ਹੈ ਕਿਉਂਕਿ ਲੋਕ ਸਭਾ ਇਲੈਕਸ਼ਨ ਹੈ
ਪਤਾ ਹੈ ਵੀ ਆਪਣਾ ਢਾਈ ਸੀਟਾਂ ਤੋਂ ਹੁਣ ਜੀਰੋ ਤੇ ਜਾ ਰਹੇ ਹੈ ਤੇ ਹੋ ਸਕਦਾ ਇੱਕ ਅੱਧੀ ਆਈ ਜਾਵੇ ਇਹਨਾਂ ਨਾਲ ਅਲਾਇੰਸ ਕਰਕੇ ਤਾਂ ਪਹਿਲਾਂ ਬੀਜੇਪੀ ਦਾ ਜੇ ਹਟ ਕੇ ਐਸ ਕੀਤਾ ਹੁਣ ਫਿਰ ਐਸ ਕੱਟ ਕੇ ਜੇ ਕਰ ਰਹੇ ਹੈ ਲੇਕਿਨ ਉਹ ਜੰਮੂ ਤੋਂ ਪੰਜਾਬ ਵੱਲ ਟ੍ਰੇਨ ਨਹੀਂ ਚੱਲ ਪਈ ਸੀ ਡਬਲ ਇੰਜਨ ਵਾਲੀ ਉਹ ਬੀਜੇਪੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਟ੍ਰੇਨ ਵਰਗੀ ਸੀਗੀ ਉਹ ਜਿਹੜੀ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰਦੀ ਹੈ ਤੇ ਹਮ ਤੋਂ ਡੂਬੇਗੇ ਸਨਮ ਤੁਮੇ ਵੀ ਲੇਟ ਡੂਬੇਂਗੇ ਉਹ ਕਰਨਗੇ ਤੇ ਜਿਵੇਂ ਕੈਪਟਨ ਸਾਹਿਬ ਬੀਜੇਪੀ 'ਚ ਗਏ ਬੀਜੇਪੀ ਹਰੀ ਉਵੇਂ ਛੱਬੇਵਾਲ ਸਾਹਿਬ ਜੀ ਪੀ ਜੀ ਹੋਰ ਜਿਹੜੇ ਲੀਡਰਸ ਹੈ ਜਿਹੜੇ ਉਹਨਾਂ ਦਾ ਵੀ ਹਿਸਟਰੀ ਵਿਲ ਰਿਪੀਟ ਤੇ ਤੀਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਦਾ ਮਨ ਬਣਾ ਲਿਆ ਗੌਰਵ ਜੀ ਕਿ ਅਸੀਂ ਆਪਦੇ ਵਰਕਰਸ ਇਗਨੋਰ ਕਰ ਰਹੇ ਹਾਂ ਅਸੀਂ ਆਹ ਗੱਲ ਦੱਸਣੀ ਹੈ ਜਹਾਨ ਨੂੰ ਕਿ ਸਾਡੇ ਕੋਲੇ ਕੈਂਡੀਡੇਟਸ ਦੀ ਕਮੀ ਹੈ ਨਾ ਤਾਂ ਸਾਡੇ ਕੋਲੇ ਲੀਡਰ ਹੈ ਨਾ ਸਾਡੇ ਕੋਲੇ ਟੈਲੈਂਟ ਹੈ ਨਾ ਸਾਡੇ ਕੋਲੇ ਮੈਰਿਟ ਹੈ ਨਾ ਸਾਡੇ ਕੋਲੇ ਵਿਨੇਬਿਲਿਟੀ ਹੈ ਤਾਂ ਕਰਕੇ ਦੂਜੀ ਪਾਰਟੀਜ਼ ਤੋਂ ਇੱਕ ਤਾਂ ਫਾਰਮਰ ਕਾਂਗਰਸ ਲੀਡਰਸ ਲਿਆਉਣੇ ਪੈ ਰਹੇ ਨੰਬਰ ਇੱਕ ਨੰਬਰ ਦੋ ਪੰਜ ਮੰਤਰੀ ਖੜੇ ਕਰਨੇ ਪੈ ਗਏ ਹੁਣ ਗੌਰਵ ਜੀ ਦੇ ਆਰ ਨੋਟ ਦ ਚੋਜ਼ਨ ਵਨਸ ਦੇ ਆਰ ਦੀ ਅਨਚੋਜ਼ਨ ਵਨਸ ਉਹਨਾਂ ਦੇ ਕੈਬਨਿਟ ਬਰਥਸ ਜਿਹੜੀਆਂ ਮਿਨਿਸਟਰੀਆਂ ਖਾਲੀ ਕਰਾਉਣੀਆਂ ਉਹਨਾਂ ਦੀ ਜਿਹੜੀਆਂ ਸੀਟਾਂ ਉਹ ਖਾਲੀ ਕਰਾਉਣੀਆਂ ਫਿਰ ਇਹ ਤਾਂ ਇਹ ਵੀ ਕਹਿੰਦੀ ਸੀ ਆਮ ਆਦਮੀ ਪਾਰਟੀ ਸੰਸਦ ਵਿੱਚ ਵੀ ਭਗਵੰਤ ਮਾਨ ਤੇ ਮੈਂ ਕਹਿੰਦਾ ਮਾਨ ਸਾਹਿਬ ਮਸਾ ਤਾਂ ਵਾਪਸ ਆਏ ਪੰਜਾਬ ਦੀ ਰਾਜਨੀਤੀ ਚ ਮਸਾ ਤਾਂ ਮੁੱਖ ਮੰਤਰੀ ਬਣੇ ਹੈ ਤੇ ਤੁਸੀਂ ਫੇਰ ਤਾਂ ਨੀ ਕਦੇ ਨਵਾਂ ਨਾਮ ਇੱਕੋ ਗੱਲ ਕਹੂੰਗਾ ਗੌਰਵ ਜੀ ਕਿ ਜਦੋਂ ਇਹ ਕਹਿੰਦੇ ਸੰਸਦ ਵਿੱਚ ਭਗਵੰਤ ਮਾਨ ਕਦੇ ਨਵਾਂ ਨਾਮ ਭਗਵੰਤ ਮਾਨ ਸਾਹਿਬ ਦਾ ਤਾਂ ਨੀ ਦੇਣਾ ਇਹ ਤਾਂ ਨੀ ਵੀ ਕੇਜਰੀਵਾਲ ਸਾਹਿਬ ਨਾਲ ਹੁਣ ਬਣਦੀ ਨੀ ਤੇ ਤਾਂ ਕਰਕੇ ਉਹ ਵੀ ਉੱਧਰ ਭੇਜਣ ਨੂੰ ਫਿਰਦੇ ਆ ਜ਼ਰੂਰ ਤਾਂ ਅਨਾਉਂਸ ਹੋ ਗਿਆ ਉੱਥੇ ਹੀ ਲੜਦੇ ਦੂਜੀ ਗੱਲ ਮੈਂ ਜਵਾਬ ਲੈ ਲਈ ਨਾ ਆਪਾਂ ਬੈਂਕਰਪਸੀ ਦਾ ਬਹੁਤ ਸਾਰੇ ਪੁਆਇੰਟ ਆ ਮੈਂ ਸਾਰਿਆਂ ਦਾ ਸਾਰੇ ਇਹ ਬੈਂਕਰਪਸੀ ਆਫ ਕੈਂਡੀਡੇਟਸ ਹੈ ਬੈਂਕਰਪਸੀ ਲਿਟਰਲੀ ਤੇ ਇਹੀ ਗੱਲ ਮੈਂ ਕਹੂੰਗਾ ਕਿ ਇਹਨਾਂ ਨੇ ਨਾ ਤਾਂ 8 ਕੈਂਡੀਡੇਟਸ ਨੂੰ ਇੱਕ ਵੀ ਮਹਿਲਾ ਦਾ ਨਾਮ ਅਨਾਉਂਸ ਕੀਤਾ ਬਹੁਤ ਮਾੜੀ ਗੱਲ ਹੈ ਇਹ ਮਹਿਲਾ ਸ਼ਕਤੀਕਰਨ ਦਾ ਵਾਅਦਾ ਕਰਕੇ ਆਏ ਸੀ ਨਾ ਹੀ ਇੱਕ ਇਹਨਾਂ ਨੇ ਇੱਕ ਵੀ ਮਹਿਲਾ ਨੂੰ ਰਾਜ ਸਭਾ ਭੇਜਿਆ ਪੰਜਾਬ ਚੋਂ ਤੇ ਉਸ ਤੋਂ ਬਾਅਦ ਇਹ ਜਿਹੜੀ ਗੱਲਾਂ ਕਰ ਰਹੇ ਇਹਨਾਂ ਨੂੰ ਦੱਸੋ ਤਿੰਨੇ ਪਾਰਟੀਜ਼ ਨੂੰ ਕਿ ਤੁਹਾਡੇ ਤਿੰਨਾਂ ਚੋਂ ਵੀ ਲੀਡਰ ਆਏ ਹੈ ਜਵਾਬ ਕੋਈ ਵੀ ਦਲੀਲ ਖੜਿਆਲ ਸਾਹਿਬ ਨੂੰ ਕੋਈ ਵੀ ਤਰਕ ਖੜਿਆਲ ਸਾਹਿਬ ਨੂੰ ਆਮ ਆਦਮੀ ਪਾਰਟੀ ਦੇ ਅਗੇਂਸਟ ਨਹੀਂ ਮਿਲਦਾ ਔਰ ਉਹ ਗੱਲਾਂ ਨੂੰ ਟਵਿਸਟ ਕਰ ਕਰਕੇ ਉਹਦੇ ਹੋਰ ਮਤਲਬ ਕੱਢ ਕੇ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਭਗਵੰਤ ਮਾਨ ਸਾਹਿਬ ਦੇ ਮੂੰਹ ਨੂੰ ਭਗਵੰਤ ਮਾਨ ਸਾਹਿਬ ਦੇ ਨਾਮ ਤੇ ਅਸੀਂ ਪੰਜਾਬ 'ਚ ਜਿੱਤ ਰਹੇ ਹਾਂ ਭਗਵੰਤ ਮਾਨ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਪੰਜਾਬ ਦੇ ਫੰਡ ਪੰਜਾਬ ਸਰਕਾਰ ਦੇ ਫੰਡ ਕੇਂਦਰ ਸਰਕਾਰ ਰੋਕ ਰਹੀ ਹੈ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕੇਜਰੀਵਾਲ ਸਾਹਿਬ ਨੇ ਖੁਦ ਕਿਹਾ ਇਹ ਗੱਲ ਕਿ ਭਗਵੰਤ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰੋ ਪਾਰਲੀਮੈਂਟ ਦੇ ਵਿੱਚ ਤਾਂ ਕਿ ਉਹ ਅੱਗੇ ਤੋਂ ਉੱਥੇ ਇੰਨੀ ਕਿ ਪੰਜਾਬ ਦਾ ਕੇਸ ਪੇਸ਼ ਹੋਵੇ ਤਾਂ ਕਿ ਸਾਡੇ ਫੰਡ ਨਾ ਬੀਜੇਪੀ ਕਰੀ ਜਾਂਦੇ ਆ ਉਹ ਵੀ ਚੋਣ ਲੜਨਗੇ ਤਾਂ ਇਹਨਾਂ ਨੂੰ ਸਾਰਾ ਕੁਛ ਪਤਾ ਹੈਗਾ ਮੈਂ ਕਹਿੰਦਾ ਮੈਰਿਟ ਤੇ ਆਓ ਪੰਜਾਬ ਦੇ ਕੰਮ ਦੱਸ ਸਕੇ ਆ ਕਿਹੜੇ ਜਿਹੜੇ ਅਸੀਂ ਗਿਣਦੇ ਹਾਂ ਵੀ ਨਹੀਂ ਵੀ ਅਸੀਂ ਕੀਤੇ ਆ ਤੇ ਦੱਸ ਸਕਦੇ ਵੀ ਕਿਹੜੇ ਨਹੀਂ ਕੀਤੇ ਵਿਮੈਨ ਦੀਆਂ ਗਰੰਟੀਜ਼ ਹੈਗੀਆਂ ਵਿਮੈਨ ਇੰਪਾਵਰਮੈਂਟ ਵੱਲੋਂ ਅਸੀਂ ਗਏ ਹਾਂ ਠੀਕ ਹੈ ਔਰ ਉਹ ਵੀ ਪੂਰੀ ਕਰਾਂਗੇ ਰਾਜ ਲਾਲੀ ਗਿੱਲ ਨੂੰ ਅੱਜ ਹੀ ਵੋਮੈਨ ਕਮਿਸ਼ਨ ਦਾ ਚੇਅਰਮੈਨ ਬਣਾਇਆ ਆ ਉਹਨਾਂ ਦੀ ਸ਼ਖਸੀਅਤ ਤੇ ਕੋਈ ਗੱਲ ਦੇਖਣ ਡਾਕਟਰ ਲੜਕੀਆਂ ਸਾਰਿਆਂ ਨੂੰ ਬਰਾਬਰ ਟਾਈਮ ਦੇ ਗਏ ਆਪਾਂ ਜਿਹੜਾ ਸਭ ਤੋਂ ਡਾਕਟਰ ਦਾ ਜਵਾਬ ਆ ਗਿਆ ਸੋਈ ਸਭ ਤੇ ਨਹੀਂ ਵਿਮੈਨ ਇੰਪਾਵਰਮੈਂਟ ਦੀ ਗੱਲ ਕਰਦੇ ਨੇ ਡਾਕਟਰ ਲੜਕੀਆਂ ਸਾਡੀਆਂ ਮੰਤਰੀ ਨੇ ਐਮਐਲਏ ਨੇ ਵਧੀਆ ਕੰਮ ਕਰ ਰਹੀਆਂ ਨੇ ਇੱਕ ਕਿਸੇ ਦੇ ਠੀਕ ਹੈ ਸੋਈ ਸਾਹਿਬ ਸੋਈ ਸਾਹਿਬ ਇੰਨੀ ਕਲੀਨ ਐਡਮਿਨਿਸਟ੍ਰੇਸ਼ਨ ਅਸਤੀਫਾ ਦੇਣਗੇ ਕੀ ਸੀਐਮ ਸਾਹਿਬ ਛੱਡ ਦੇਣਗੇ ਪੰਜਾਬ ਦੀ ਸਿਆਸਤ ਤੇ ਭਗਵੰਤ ਮਾਨ ਇਨ ਸੰਸਦ
ਇਹਨਾਂ ਨੂੰ ਉਹ ਪੁੱਛ ਲੈਣਾ ਤੁਸੀਂ ਤੇ ਆਪਣੇ ਜਿਹੜਾ ਤੁਸੀਂ ਸਰਵੇ ਕੀਤਾ ਉਹ ਚ ਤੇ ਤੁਸੀਂ ਇਹਨਾਂ ਨੂੰ ਸੀਟ ਹੀ ਕੋਈ ਨਹੀਂ ਦੇ ਰਹੇ ਗੁਰਮ ਜੀ। ਇਸ ਕਰਕੇ ਮੈਨੂੰ ਲੱਗਦਾ ਕਿ ਆਹ ਤੇ ਐਵੇਂ ਖਿਆਲੀ ਪਲਾਓ ਪੁਕਾ ਰਹੇ ਨੇ ਇਹਨਾਂ ਦੇ ਮੰਤਰੀ ਜਿਹੜੇ ਨੇ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੇ ਸੀਟਾਂ ਦਿੱਤੀਆਂ ਉਹ ਭੱਬਾ ਮਾਰ ਮਾਰ ਕੇ ਰੋ ਰਹੇ ਨੇ ਇਸ ਵਕਤ ਕਿ ਸਾਨੂੰ ਕਿਹੜੇ ਇਹਨਾਂ ਨੇ ਫਸਾ ਛੱਡਿਆ ਲੂਜਿੰਗ ਬੈਟਲ ਦੇ ਵਿੱਚ। ਖੁਦ ਜਿਹੜੇ ਚੱਬੇਵਾਲ ਸਾਹਿਬ ਆ ਜੁਆਇਨ ਕੀਤੇ ਨੇ ਉਹਨਾਂ ਨੇ ਕਿਹਾ 70,000 ਕਰੋੜ ਦਾ ਕਰਜ਼ਾ ਇਹਨਾਂ ਨੇ 2 ਸਾਲਾਂ ਚ ਲਾ ਦਿੱਤਾ, ਮਤਲਬ ਕਿ 50 ਸਾਲਾਂ ਚ 1.5 ਲੱਖ ਕਰੋੜ ਦਾ ਇਹਨਾਂ ਨੇ ਕਰਜ਼ਾ ਲਾ ਦੇਣਾ। ਇਹਦਾ ਮਤਲਬ ਹੈ ਜਿੰਨਾ ਕਰਜ਼ਾ 60 ਸਾਲਾਂ ਚ ਚੜਿਆ ਸੀਗਾ ਉਹਨਾਂ ਤੇ ਇਹਨਾਂ ਨੇ 50 ਸਾਲਾਂ ਚ ਚੜਾ ਦੇਣਾ। ਇਸ ਵਕਤ ਆਮ ਆਦਮੀ ਪਾਰਟੀ ਤੇ ਰਿਡਿਊਸ ਟੂ ਜ਼ੀਰੋ ਹੋ ਚੁੱਕੀ ਐਸ ਪਰ ਯੋਰ ਸਰਵੇ, ਤੇ ਕਾਂਗਰਸ ਦੇ ਵੀ ਜਿਹੜਾ ਸ਼ਿਪ ਹੈ ਉਹ ਡੁੱਬ ਚੁੱਕਾ ਹੈ। ਤੇ ਹੁਣ ਜਿਹੜਾ ਉਦੇ ਹੋ ਰਿਹਾ ਜਿੰਨਾ ਤੁਸੀਂ ਹੁਣ ਦੱਸਿਆ ਸੀਗਾ ਕਿ 6-7 ਸੀਟਾਂ ਜਿਹੜੀਆਂ ਨੇ ਬੀਜੇਪੀ ਜਿੱਤ ਰਹੀ ਹੈ, ਤੇ ਮੈਨੂੰ ਲੱਗਦਾ ਕਿ ਬੀਜੇਪੀ ਇਸ ਵਕਤ ਆਲ ਦੀਸ ਸਰਕਮਸਟਾਂਸਸ ਜਿਹੜੀਆਂ ਕੰਡੀਸ਼ਨਸ ਪੰਜਾਬ ਚ ਪ੍ਰਵੇਲ ਕਰ ਰਹੀਆਂ ਨੇ ਆ ਬੀਜੇਪੀ ਨੂੰ ਫੇਵਰ ਕਰ ਰਹੀਆਂ। ਤੁਹਾਡੀਆਂ 411 ਤੇ ਮੈਨੂੰ ਲੱਗਦਾ 421 ਤੱਕ ਪਹੁੰਚ ਜਾਣੀਆਂ ਨੇ, ਕਿਉਂਕਿ 3 ਤੁਸੀਂ ਪਹਿਲਾਂ ਦਿੱਤੇ ਸੀ, 10 ਹੋਰ ਆ ਜਾਣੀਆਂ ਤੇ ਮੈਨੂੰ ਲੱਗਦਾ 421 ਬੀਜੇਪੀ। ਦੇਖੋ ਗੱਲ ਇਹ ਹੈ ਕਿ ਤੁਸੀਂ ਵੀ ਦਾਅਵਾ ਕਰ ਸਕਦੇ ਹੋ, ਲੋਕਤੰਤਰ ਹੈ ਨਾ ਸਰ। ਹੁਣ ਆਮ ਆਦਮੀ ਪਾਰਟੀ 13-0 ਕਹੇ, ਤੁਸੀਂ 13-0 ਕਹੋ, ਅਕਾਲੀ ਦਲ 13-0 ਕਹੇ, ਕਾਂਗਰਸ 13-0 ਕਹੇ, ਸਭ ਦਾ ਆਪਣਾ ਅਧਿਕਾਰ ਹੈ ਨਾ, ਪਾਰਟੀਆਂ ਹਰ ਜਿੱਤ ਦਾ ਦਾਅਵਾ ਕਰਦੀਆਂ। ਤੁਸੀਂ ਜਵਾਬ ਦਿਓ ਨਾਲ ਨਾਲ ਸਾਰਿਆਂ ਦੇ, ਮੈਂ ਧਾਰਨੀ ਸਾਹਿਬ ਦਾ ਇੱਕ ਵਾਰ ਰੁਕ ਕਰਨਾ। ਧਾਰਨੀ ਸਾਹਿਬ ਜੀ ਜੀ ਠੀਕ ਹੈ, ਧਾਰਨੀ ਸਾਹਿਬ ਦੇਖੋ ਦਲ ਬਦਲੀਆਂ ਦਾ ਇੱਥੇ ਦੌਰ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ, ਪਰ ਇੱਕ ਪੁਆਇੰਟ ਇਹ ਵੀ ਹੈ ਕਿ ਜਿਹੜੇ ਕਾਂਗਰਸ ਦੇ ਵਿੱਚੋਂ ਐਗਜ਼ਿਟ ਕਰ ਰਹੇ ਨੇ ਉਹ ਜਾਂ ਤਾਂ ਮੁੜ ਜਾਂਦੇ ਨੇ ਬੀਜੇਪੀ ਵਾਲੇ ਪਾਸੇ ਜਾਂ ਮੁੜ ਜਾਂਦੇ ਨੇ ਆਮ ਆਦਮੀ ਪਾਰਟੀ ਵਾਲੇ ਪਾਸੇ, ਅਕਾਲੀ ਦਲ ਵਾਲੇ ਪਾਸੇ ਨੂੰ ਕੋਈ ਨਹੀਂ ਆਉਂਦਾ। ਦੇਖੋ ਇੱਕ ਗੱਲ ਗੌਰਵ ਜੀ, ਇਹਦਾ ਮੈਂ ਪਹਿਲੇ ਸਪਸ਼ਟ ਜਵਾਬ ਦੇ ਦਵਾਂ ਕਿ ਕਾਂਗਰਸ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਦੇ ਨਾਲ ਸਾਡੀ ਕੋਈ ਆਈਡੀਓਲੋਜੀ ਮਿਲਦੀ ਨਹੀਂ। ਕਾਂਗਰਸ ਜਿਹੜੀ ਹੈਗੀ ਆ ਉਹ ਸਰਕਾਰ ਹੈਗੀ ਆ, ਉਹ ਪਾਰਟੀ ਹੈਗੀ ਆ ਜਿਹੜੀ ਨੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ, ਜਿਹੜੀ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਪਰ ਆਗੂ ਪਾਉਂਦੇ ਨੇ ਨਾ ਸਰ। ਨਹੀਂ ਧਾਰਨੀ ਸਾਹਿਬ ਅਕਾਲੀ ਦਲ ਦੇ ਵਿੱਚ ਕੋਈ ਕਾਂਗਰਸੀ ਅੱਜ ਤੱਕ ਨਹੀਂ ਆਇਆ, ਸਾਨੂੰ ਲੋੜ ਨਹੀਂ ਹੈ ਜੀ। ਨਹੀਂ ਨਹੀਂ ਆਉਂਦੇ ਤਾਂ ਹੈਗੇ ਨੇ ਨਾ, ਜਦੋਂ ਆਉਂਦੇ ਨੇ ਤਾਂ ਤੁਸੀਂ ਜੁਆਇਨ ਵੀ ਕਰਵਾ ਲੈਂਦੇ ਹੋ, ਮੈਂ 84 ਤੋਂ ਬਾਅਦ ਹੀ ਜ਼ਿਕਰ ਕਰ ਰਿਹਾ। ਮੈਂ ਦੱਸਦਾ ਜੀ ਕਿ ਜਿਹੜਾ ਬੰਦਾ ਪੋਲੀਟੀਕਲ ਆਈਡੀਓਲੋਜੀ ਸ਼੍ਰੋਮਣੀ ਅਕਾਲੀ ਦਲ ਦੀ ਮੰਨੂਗਾ ਉਸ ਬੰਦੇ ਨੂੰ ਕੋਈ ਜਿਹੜਾ ਹੈਗਾ ਸਾਡੇ ਵੱਲੋਂ ਕੋਈ ਓਬਜੈਕਸ਼ਨ ਨਹੀਂ। ਸਵਾਲ ਅੱਜ ਆਈਡੀਓਲੋਜੀ ਦੀ ਗੱਲ ਜਿਹੜੀ ਕਰਦੇ ਹੈਗੇ ਆ, ਦੇਖੋ ਆਈਡੀਓਲੋਜੀ ਇਹ ਹੈਗੀ ਹੈ ਕਿ ਇੱਕ ਬੰਦਾ ਸੰਗਲ ਪਾਈ ਖੜਾ, ਸਿਰ ਤੇ ਕਰਜ਼ੇ ਦੀ ਪੰਡ ਲਈ ਖੜਾ, ਗਲ ਦੇ ਵਿੱਚ ਕਾਲਾ ਕੱਪੜਾ ਪਾਈ ਖੜਾ। ਇਹ ਤੁਸੀਂ ਬੜੇ ਤਫਸੀਲ ਦੇ ਵਿੱਚ ਡੇਟਾਂ ਦੱਸੀਆਂ ਕਿ ਫਲਾਣੀ ਡੇਟਾ ਨੂੰ ਉਹ ਇਸ ਤਰ੍ਹਾਂ ਖੜਾ ਸੀ, ਫਲਾਣੀ ਨੂੰ ਆਹ ਹੋਇਆ, ਫਲਾਣੀ ਨੂੰ ਇਹ ਹੋ ਗਿਆ। ਦੇਖੋ ਨਾ, ਮਤਲਬ ਅੱਜ ਐਥਿਕ ਦੀ ਗੱਲ ਕਿੱਥੇ ਰਹਿ ਗਈ। ਦੂਜੀ ਗੱਲ, ਅੱਜ ਕਾਂਗਰਸ ਦਾ ਹਾਲ ਇਹ ਹੈਗਾ, ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਨਾ, ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਆ, ਜਦੋਂ ਨਾ ਜਰਨੈਲ ਮਾੜਾ ਹੋਵੇ ਉਸ ਟਾਈਮ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਹਿਮਾਚਲ ਦੇ ਵਿੱਚ ਕੀ ਹੋਇਆ, ਹਿਮਾਚਲ ਦਾ ਕਿੰਨੀ ਮਤਲਬ ਵਿਚਾਰਾ ਉਹਦੇ ਨਾਲ ਵਿਚਾਰਗੀ ਦੇ ਨਾਲ ਤੁਹਾਡੀ ਪ੍ਰੈਸ ਨੂੰ ਸੰਬੋਧਨ ਕਰ ਰਹੇ ਹੈ ਕਿ ਯੇ ਲੋਕ ਹਮਾਰੇ ਸਾਥ ਲੰਚ ਡਿਨਰ ਪੇ ਵੀ ਤੇ, ਸੁਬਹ ਹਮਾਰੇ ਸਾਥ ਯੇ ਬ੍ਰੇਕਫਾਸਟ ਪੇ ਵੀ ਤੇ, ਔਰ ਜਦ ਉਹ ਰਾਜ ਸਭਾ ਦੀ ਸੀਟ ਦੀ ਇਲੈਕਸ਼ਨ ਦੀ ਗੱਲ ਹੋਈ ਤਾਂ ਉਹ 6 ਉੱਡ ਗਏ। ਮਤਲਬ ਕਿਆ ਕਹੀਏ, ਇਹਦਾ ਮਤਲਬ ਕਾਂਗਰਸ ਦੇ ਜਿਹੜੇ ਜਰਨੈਲ ਹੈਗੇ ਆ ਉਹਨਾਂ ਦੇ ਪੰਜਾਬ ਦੇ ਵਿੱਚ ਵੀ ਉਹੀ ਹਾਲ ਹੈ। ਚਲੋ ਜਵਾਬ ਦੱਸਿਆ, ਜਵਾਬ ਇੱਕ ਸੈਕਿੰਡ ਜੀ, ਸਵਾਲ ਇਹ ਹੈਗਾ ਜੀ, ਮੈਂ ਇੰਨਾ ਹੀ ਕੁਐਸਚਨ ਕਰਦਾ ਹੈਗਾ
ਕਿ ਪੰਜਾਬ ਦੇ ਵਿੱਚ ਮੈਂ ਸੰਘੇੜਾ ਸਾਹਿਬ ਮੇਰੇ ਵੱਡੇ ਭਰਾ ਹੈ, ਬਹੁਤ ਸਾਲ ਤੋਂ ਜਾਣਦਾ, ਬਹੁਤ ਸਾਲ ਤੋਂ ਪਾਰਟੀ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਫੈਂਡ ਕਰਦੇ ਆ। ਮੈਂ ਪੁੱਛਦਾ ਪ੍ਰੋਫੈਸਰ ਇਹ ਹੈਗੇ ਆ, ਡਾਕਟਰ ਇਹ ਹੈਗੇ ਆ, ਪਾਰਟੀ ਦੇ ਪ੍ਰਾਇਮਰੀ ਮੈਂਬਰ ਇਹ ਹੈਗੇ ਆ, ਕਿ ਇਹਨਾਂ ਲਈ MLA ਦੀ ਜਾਂ MP ਦੀ ਕੋਈ ਸੀਟ ਜਾਂ ਇਹਨਾਂ ਦਾ ਕੋਈ ਉਹਦੇ ਲਈ ਇਹਨਾਂ ਦਾ ਹੱਕ ਬਣਦਾ ਸੀ ਜਾਂ ਨਹੀਂ ਬਣਦਾ ਸੀ? ਪਰ ਠੀਕ ਹੈ, ਮਜਬੂਰੀ ਹੈ, ਜਿੰਨੀ ਸੰਜੀਦਗੀ ਦੇ ਨਾਲ ਇਹਨਾਂ ਨੇ ਉਹਨਾਂ ਦਾ ਪੱਖ ਚੱਕਿਆ, ਲੜੇ ਹੈਗੇ ਆ, ਉਹ ਅੱਜ ਜਿਹੜਾ ਹੈਗਾ। ਔਰ ਮੈਂ ਇੱਕ ਚੈਲੰਜ ਕਹਿਣਾ, ਤੁਹਾਡੇ ਤੁਹਾਡੇ ਅੱਜ ਚੈਨਲ ਦੇ ਉੱਤੇ ਮੈਂ ਇੱਕ ਚੈਲੰਜ ਕਰ ਰਿਹਾ ਹੈਗਾ, ਸੰਘੇੜਾ ਸਾਹਿਬ ਨੂੰ ਕਹੋ ਕਿ ਜਿਹੜੇ ਪੰਜ ਮੰਤਰੀ ਜਿਹੜੇ ਹੈਗੇ ਆ ਇਲੈਕਸ਼ਨ ਲੜਨ ਲੱਗੇ ਆ, ਇਹ MLA ਤੋਂ ਵੀ ਰਿਜ਼ਾਈਨ ਕਰ ਦੇਣ। ਜਿਹੜੇ 92 ਵਾਲੀ ਪਾਰਟੀ ਹੈਗੀ ਆ ਨਾ, ਪਤਾ ਲੱਗੂਗਾ ਵੀ ਪੰਜ ਤਾਂ ਐਂ ਉੱਡਣਗੇ ਔਰ ਲੋਕਾਂ ਪੱਥੀਆਂ ਮਾਰਨਗੇ ਪਿੰਡਾਂ ਦੇ ਵਿੱਚ ਗਿਆ ਦੇ। ਔਰ ਮੈਂ ਇੱਕ ਇਲੈਕਸ਼ਨ ਤਾਂ ਕਹਿ ਗਏ ਨਹੀਂ ਕਿ ਜੇ ਜਿੱਤ ਗਏ ਤਾਂ ਬਾਈ ਇਲੈਕਸ਼ਨ, ਤਾਂ ਫਿਰ ਵੱਟ ਤੇ ਪਏ ਨੇ, ਉਹ ਤਾਂ ਆਪਾਂ ਸਮਝ ਗਏ। ਖੜਿਆ ਸਾਹਿਬ ਬਹੁਤ ਛੋਟਾ ਸਟੇਟਮੈਂਟ ਦਿਓ, ਇੱਕ ਇਲੈਕਸ਼ਨ ਹੋਰ ਮੈਨੂੰ ਇੱਕ ਗੱਲ ਦੱਸ ਦੇਣ ਸੰਘੇੜਾ ਸਾਹਿਬ, ਜੇ GP ਸਾਹਿਬ ਇੱਥੇ ਤੋਂ ਫਤਿਹਗੜ੍ਹ ਸਾਹਿਬ ਤੋਂ ਤੁਹਾਡੇ ਵੱਲ ਨਾ ਆਉਂਦੇ, ਮੈਨੂੰ ਕੈਂਡੀਡੇਟ ਦਾ ਨਾਮ ਦੱਸੋ, ਚਲੋ ਮੈਂ ਤੁਹਾਡੇ ਨਾਲ ਸਹਿਮਤ ਹਾਂ। ਅੱਛਾ, ਇੱਕ ਕੇਸ ਤੁਸੀਂ ਵੀ ਦੱਸੀ ਸੀ, ਤੇ ਮੈਂ ਖੜਿਆ ਸਾਹਿਬ ਥੋੜੇ ਵੇਟ ਕਰਿਓ, ਜਿਹੜਾ ਸਾਹਿਬ ਦੇਖੋ ਟਾਈਮ ਪਿੱਛੇ ਘੱਟ ਹੈ ਥੋੜੇ। ਤੁਸੀਂ ਪੰਜ ਪੰਜ ਕੈਂਡੀਡੇਟ ਹਰ ਸੀਟ ਤੋਂ ਨਿਊਜ਼ 18 ਨੇ ਚਲਾਏ ਆ, ਬੜੀ ਮੁਸ਼ਕਲ ਨਾਲ ਸਿੰਗਲ ਆਊਟ ਕਰਕੇ ਫਾਈਨਲ ਕੈਂਡੀਡੇਟ ਚੁਣੇ ਆ, ਇਹ ਉਹਨਾਂ ਦੇ ਆ। ਨਹੀਂ ਏਦਾਂ ਨੀ ਹੈ, ਅਸੀਂ ਸਾਡੇ ਲਈ ਜਿਹੜੇ ਮੋਬਾਈਲ ਦੀ ਰਿਪੇਅਰ ਵਾਲਾ ਆ ਉਹ ਵੀ ਲੀਡਰ ਆ, ਜਗਤਾਰ ਸੰਘੇੜਾ ਵੀ ਲੀਡਰ ਆ, ਤੇ ਗੁਰਪ੍ਰੀਤ ਸਿੰਘ GP ਵੀ ਲੀਡਰ ਹੈ। ਅਸੀਂ ਤੁਹਾਡੇ ਵਾਂਗੂ ਮਟੀਰੀਅਲ ਨਹੀਂ ਕਹਿੰਦੇ ਲੋਕਾਂ ਦੇ ਧੀਆਂ ਪੁੱਤਾਂ ਨੂੰ, ਸੋ ਸਾਡੇ ਲੀਡਰਾਂ ਦੀ ਕੋਈ ਕਮੀ ਨਹੀਂ ਹੈ। ਸਾਡੇ ਲੀਡਰ ਦੀ ਡੈਫੀਨੇਸ਼ਨ ਹੋਰ ਹੈ, ਉਸ ਡੈਫੀਨੇਸ਼ਨ ਚ ਜਿਹੜਾ ਵੀ ਲੀਡਰ ਆਉਂਦਾ ਆ ਉਹ ਭਾਵੇਂ ਦੂਜੀ ਪਾਰਟੀ ਤੋਂ ਵੀ ਆ ਜਾਵੇ, ਉਹ ਸਾਡਾ ਭਰਾ ਆ, ਸਾਡਾ ਵੱਡਾ ਭਰਾ ਆ ਜਾਂ ਸਾਡਾ ਛੋਟਾ ਭਰਾ ਆ, ਅਸੀਂ ਉਹਦਾ ਸਤਿਕਾਰ ਕਰਦੇ ਹਾਂ ਜਿੱਦਾਂ ਅਸੀਂ ਆਪਣਿਆਂ ਦਾ ਸਤਿਕਾਰ ਕਰਦੇ ਹਾਂ। ਸਾਡੀ ਪਾਲਿਸੀ ਹੈ, ਭਗਵਾਨ ਸਾਹਿਬ ਦੀ ਇੱਕ ਨੀਤੀ ਹੈ, ਅਸੀਂ ਉਹਦੇ ਅਨੁਸਾਰ ਚੱਲਦੇ ਹਾਂ। ਠੀਕ ਹੈ, ਚਲੋ ਸਮਾਂ ਸਮਾਂ ਘੱਟ ਹੋ ਰਿਹਾ। ਖੜਿਆਲ ਸਾਹਿਬ, ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਰੋਸ ਹੈ ਅਮੰਗ ਦੀ ਵਰਕਰਸ, ਉਹ ਵਧਦਾ ਜਾ ਰਿਹਾ ਗੌਰਵ ਜੀ, ਕਿਉਂਕਿ ਵਰਕਰਸ ਤੁਸੀਂ ਬਹੁਤ ਟਾਰਗੇਟ ਦੇ ਉੱਤੇ ਹੋ, ਕਾਂਗਰਸ ਪਾਰਟੀ ਤੁਹਾਡੀਆਂ ਵਿਰੋਧੀ, BJP ਨੂੰ ਸੁਣੋ ਤੁਸੀਂ, ਆਮ ਆਦਮੀ ਪਾਰਟੀ, ਅਕਾਲੀ ਦਲ ਤੁਹਾਡੀਆਂ ਓਪੋਜੀਸ਼ਨ ਨੇ, ਡੈਫੀਨੇਟਲੀ ਉਹਨਾਂ ਨੇ ਤੁਹਾਡਾ ਵਿਰੋਧ ਕਰਨਾ ਹੈ, ਪਰ ਇੱਕ ਸੁਰ ਦੇ ਵਿੱਚ ਇਹ ਸਾਰੇ ਕਹਿੰਦੇ ਨੇ ਕਿ ਕਾਂਗਰਸ ਨਿਗਾਰ ਵਾਲੇ ਪਾਸੇ ਹੈ ਇੰਡੀਆ ਲੈਵਲ ਦੇ ਉੱਤੇ। ਗੱਲ ਇਹ ਹੈ, ਔਰ ਇਹ ਬਿਆਨ ਤੁਸੀਂ ਵਾਰ-ਵਾਰ ਸੁਣਦੇ ਹੋ। ਤੁਹਾਡੀ ਇੱਕ ਗੱਲ ਠੀਕ ਹੈ ਗੌਰਵ ਜੀ, ਕਿ ਇਹ ਤਿੰਨਾਂ ਦੇ ਰਡਾਰ ਤੇ ਕਾਂਗਰਸ ਪਾਰਟੀ ਹੈ, ਕਿਉਂਕਿ ਸਿਰਫ ਔਰ ਸਿਰਫ ਥ੍ਰੈਟ ਕਾਂਗਰਸ ਪਾਰਟੀ ਤੋਂ ਹੈ, ਸਿਰਫ ਔਰ ਸਿਰਫ ਡਰ ਕਾਂਗਰਸ ਪਾਰਟੀ ਦਾ। ਤੇ ਇਹ ਸਰ ਮੈਂ ਨਹੀਂ ਕਹਿ ਰਿਹਾ, ਇਹ ਹਰੇਕ ਓਪੀਨੀਅਨ ਪੋਲ ਕਹਿ ਰਿਹਾ, ਹਰੇਕ ਸਰਵੇ ਕਹਿ ਰਿਹਾ, ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ, ਜਦੋਂ ਬੱਚੇ ਰੋਂਦੇ ਆ ਨਾ ਵੀ ਕੋਈ ਆਪਣਾ ਕ੍ਰਿਮੀਨਲ ਕੇਸ ਫਸ ਗਿਆ, ਕਿਸੇ ਦੇ ਸੱਟ ਫੇਟ ਵੱਜ ਗਈ, ਕੋਈ ਨਸ਼ੇ 'ਚ ਪੈ ਗਿਆ, ਕੋਈ ਹੋਰ ਮਾੜੇ ਕੰਮਾਂ 'ਚ ਪੈ ਗਿਆ, ਤਾਂ ਮਾਂ ਕਹਿੰਦੀ ਹੈ ਪੁੱਤ ਚੁੱਪ ਕਰ ਜਾ, ਆਮ ਆਦਮੀ ਪਾਰਟੀ ਨੂੰ ਕਾਂਗਰਸ ਹਟਾਊਗੀ ਤੇ ਪੰਜਾਬ ਬਚਾਊਗੀ। ਦੂਜੀ ਗੱਲ, ਇੱਥੇ ਮੈਂ ਇੱਕੋ ਗੱਲ ਕਹੂੰਗਾ, ਮਾਨ ਸਾਹਿਬ ਜਦੋਂ ਗੁਰਦਾਸਪੁਰ ਗਏ ਸੀਗੇ, ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਲੋਕਾਂ ਨੂੰ, ਕਹਿੰਦੇ ਮੈਂ ਨਹੀਂ ਆ ਤੁਹਾਡੇ ਨਾਲ ਬੋਲਦਾ, ਦੇਖ ਤਾਂ ਲਿਆ ਕਰੋ ਕਿਹਨੂੰ ਵੋਟ ਪਾਤੀ, ਤੁਸੀਂ ਐਕਟਰ ਜਿਤਾ ਦਿੰਦੇ, ਉਹਨੇ ਨਹੀਂ ਆਉਣਾ ਨਹੀਂ ਕਰਨਾ ਨਹੀਂ, ਫਿਰ ਆਪ ਹੀ ਇੱਕ ਐਕਟਰ ਨੂੰ ਟਿਕਟ ਦੇ ਦਿੰਦੇ ਹੈ। ਆਈ ਹੈਵ ਨੋ ਹਾਰਡ ਫੀਲਿੰਗਸ ਫੋਰ ਹਿਮ, ਆਈ ਰਿਸਪੈਕਟ ਹਿਮ, ਲੇਕਿਨ ਆਪਦਾ ਸਟੈਂਡ ਦਾ ਬਰਕਰਾਰ ਰੱਖੋ। ਚਲੋ ਠੀਕ ਹੈ, ਮੈਨੂੰ ਵਾਈਂਡ ਅਪ ਕਰਨਾ ਹੋਏਗਾ, ਸਮਾਂ ਖਤਮ ਹੋ ਚੱਲਿਆ। ਲਾਸਟ ਚੀਜ਼ ਬਾਰੇ ਜੀ, ਇਹਨਾਂ ਨੇ ਰਿਜ਼ਰਵ ਸੀਟਸ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਤਲਬ ਉੱਥੇ ਕੈਂਡੀਡੇਟ ਕਢਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਿੰਨੇ ਉੱਥੇ ਗਏ ਹੈ ਲੀਡਰ, ਅੱਜ ਕਹਿਣਗੇ
ਕਿ ਮਾਨ ਸਾਹਿਬ ਤੁਸੀਂ ਕਿਹਾ ਸੀ ਦਲਿਤ ਡਿਪਟੀ ਮੁੱਖ ਮੰਤਰੀ ਬਣਾਵਾਂਗੇ, ਬਣਾਤਾ ਤੁਸੀਂ, ਹੁਣ ਤਾਂ ਰੱਖ ਲਓ ਮੁੱਦਾ। ਇਹ ਤਾਂ ਮਤਲਬ ਕਿ ਆਮ ਆਦਮੀ ਪਾਰਟੀ ਦਾ, ਚਲੋ ਠੀਕ ਹੈ, ਤੁਸੀਂ ਤੁਸੀਂ ਜਿਹੜੇ ਇਸ਼ੂਜ਼ ਚੁੱਕ ਰਹੇ ਹੋ, ਮੈਨੂੰ ਲੱਗਦਾ ਕਿ ਉਹ ਚੋਣਾਂ ਦੇ ਵਿੱਚ ਤਾਂ ਡੈਫੀਨਿਟਲੀ ਸਵਾਲ ਹੈ ਨਾ, ਪੁੱਛ ਲਓ ਜਿਹੜਾ ਸਾਹਿਬ ਨੂੰ, ਮੇਰੇ ਕੋਲ ਵਾਈਟ ਕਰ ਲੈ, ਪਿੱਛੇ ਸਮਾਂ ਨਹੀਂ ਹੈ ਨਾ ਸਰ, ਰੈਜ਼ਿਗਨੇਸ਼ਨ ਦਿੱਤਾ, ਬੜਾ ਜ਼ਰੂਰੀ ਸਵਾਲ ਹੈ, ਟੈਕਨੀਕਲ ਹੈ, ਛੱਬੇਵਾਲ ਸਾਹਿਬ ਨੇ ਰੈਜ਼ਿਗਨੇਸ਼ਨ ਦਿੱਤਾ, ਕਦ ਤੱਕ ਐਕਸੈਪਟ ਕਰ ਲਓਗੇ? ਦੇਖੋ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਹੈ ਨਾ, ਰੈਲੇਵੈਂਟ ਗੱਲ ਕੋਈ ਨਹੀਂ, ਇਹਨਾਂ ਨੂੰ ਲੱਭ ਦੀ ਕੋਈ ਨੁਕਸ ਤਾਂ ਕੱਢੋ, ਕੋਈ ਨੁਕਸ ਕੱਢੋ, ਹਵੰਤ ਮਾਨ ਸਾਹਿਬ ਚ ਨੁਕਸ ਕੱਢੋ, ਗੁਰਪ੍ਰੀਤ ਸਿੰਘ ਜੀਪੀ ਚ ਨੁਕਸ ਕੱਢੋ, ਡਾਕਟਰ ਚੱਬੇਵਾਲ ਚ ਕੋਈ ਨੁਕਸ ਕੱਢੋ, ਆਮ ਆਦਮੀ ਪਾਰਟੀ ਚ ਨੁਕਸ ਕੱਢੋ, ਅਰਵਿੰਦ ਕੇਜਰੀਵਾਲ ਚ ਨੁਕਸ ਕੱਢੋ, ਚਲੋ ਫੇਰ ਕੋਈ ਗੱਲ ਹੈ ਨਾ, ਲੋਕਾਂ ਨੇ ਵੋਟ ਸੱਚਾਈ ਨੂੰ ਪਾਈ। ਮੈਨੂੰ ਸਮਾਂ ਖਤਮ ਹੋ ਚੱਲੇ, ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ, ਧਾਰਨੀ ਸਾਹਿਬ 10 ਸਕਿੰਟ ਦੇ ਪਾਉਂਗਾ, ਧਾਰਨੀ ਸਾਹਿਬ ਮੈਂ ਪੁੱਛਦਾ ਇਹ ਹੈਗਾ ਕਿ ਪੰਜਾਬ ਚ ਨਸ਼ਾ ਖਤਮ ਹੋ ਗਿਆ ਕਿਆ? ਮੈਂ ਵਕੀਲ ਹੋਣ ਦੇ ਨਾਤੇ ਖੜਿਆਲ ਸਾਹਿਬ ਬੈਠਿਆ, ਸੁਪਰੀਮ ਕੋਰਟ ਦੀ ਅਥਾਰਟੀ ਹੈ ਕਿ ਜੇ ਪੁਲਿਸ ਨੇ ਤਿੰਨ ਨੋਟਿਸ ਦੇਤੇ, ਉਸ ਤੋਂ ਬਾਅਦ ਐਫ ਆਈ ਆਰ ਦਰਜ ਕਰਕੇ ਉਹਨੂੰ ਅਰੈਸਟ ਕਰ ਲੈਣਾ। ਉਹ ਕਦੇ ਸੁਣਿਆ ਕਿ 10 ਨੋਟਿਸ ਗਏ? ਕਿ ਇਸ ਦੇ ਉੱਤੇ ਗੱਲ ਹੋ ਗਈ ਕਿ ਜਿਹੜੇ ਪੰਜਾਬ ਦੇ ਇਸ਼ੂ ਹੈ, ਚਾਹੇ ਡਰੱਗ ਦਾ ਇਸ਼ੂ ਹੈ, ਚਾਹੇ ਐਗਰੀ ਦਾ ਇਸ਼ੂ ਹੈ, ਕੋਈ ਵੀ ਹੈ, ਪਰ ਮੈਂ ਵਾਈਂਡ ਅਪ ਕਰਨਾ, ਮੈਂ ਧਾਰਨੀ ਸਾਹਿਬ ਮਾਫੀ ਚਾਹੁੰਦਾ, ਵਿਚਾਲੇ ਰੁਕ ਰਿਹਾ, ਇੱਕ ਛੋਟਾ ਜਿਹਾ ਕਮੈਂਟ ਸੋਈ ਸਾਹਿਬ ਤੁਹਾਡਾ। ਗੌਰਵ ਜੀ, ਮੈਂ ਇਹਨਾਂ ਨੂੰ ਸੰਘੇੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਬਾਕੀ 4 ਸੀਟਾਂ ਰਹਿ ਗਈਆਂ ਨੇ, 9ਵੀਂ ਤੇ ਤੁਸੀਂ ਦੇਤੀ ਅੱਜ ਚੱਬੇਵਾਲ ਸਾਹਿਬ ਨੂੰ, ਉਹਦੇ ਚੋਂ ਵੀ ਕਾਂਗਰਸੀਆਂ ਨੂੰ ਲੱਭ ਰਹੇ ਜੇ ਜਾਂ ਹੋਰ ਕੋਈ ਪਾਰਟੀ ਲੱਭ ਰਹੇ ਜੇ? ਤੇ ਬਾਕੀ ਦੇਖੋ ਇਹਦੇ ਚ ਮੈਂ ਤੁਹਾਨੂੰ ਦੱਸ ਦਿੰਦਾ, ਗੌਰਵ ਜੀ ਮੇਰੀ ਪ੍ਰੈਡਿਕਸ਼ਨ ਲੈ ਲਓ, ਜਿਹੜੀਆਂ 4 ਸੀਟਾਂ ਨੇ ਉਹਨਾਂ ਚੋਂ 2 ਸੀਟਾਂ ਤੇ ਫਿਰ ਕਾਂਗਰਸੀ ਆ ਰਹੇ ਜੇ, ਆ ਤੁਸੀਂ ਅੱਜ ਨੋਟ ਕਰ ਲਓ, 2 ਸੀਟਾਂ ਤੇ ਕਾਂਗਰਸੀ ਆ ਪੋਸਟ ਕਰਨ, ਇਹਨਾਂ ਦਾ ਆਪਰੇਸ਼ਨ ਚੱਲ ਰਿਹਾ, ਆਪਰੇਸ਼ਨ ਫੋਟਸ ਜਿਹੜਾ ਕਹਿੰਦੇ ਸੀ ਨਾ, ਆਪਰੇਸ਼ਨ ਚੱਲ ਰਿਹਾ ਹੁਣ, ਆ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰੀ ਪਾਰਟੀ ਚੋ ਕਾਂਗਰਸ ਚ ਫਾਰਮਰ ਮਿਨਿਸਟਰਸ ਵੀ ਆਏ ਹੈ, ਫਾਰਮਰ MLAs ਵੀ ਆਏ, ਫਾਰਮਰ ਡੈਪਟੀ ਸਪੀਕਰ ਵੀ ਆਏ ਹੈ, ਇਟਸ ਨਾਟ ਜਸਟ ਵਨ ਵੇ। ਦੂਜੀ ਗੱਲ ਮੈਂ ਦੱਸਦਾ, ਇਹ ਜਿਹੜੇ ਟਰਨ ਕੋਟਸ ਹੈ ਨਾ, ਇਹ ਤੁਹਾਡੇ ਉੱਤੇ ਵੀ ਟਰਨ ਕਰਨ ਲੱਗੇ, ਸਕਿੰਟ ਲਾਉਣਗੇ, ਤੇ ਪੰਜਾਬ ਦੇ ਲੋਕਾਂ ਨੇ ਨਾ ਲਾਲ ਡਾਇਰੀ ਲਾਲ ਹਾਈਲਾਈਟਰ ਨਾਲ ਮਾਰਕ ਕਰ ਲਈ ਹੈ, ਜਵਾਬ ਤੁਹਾਨੂੰ ਵੋਟਾਂ ਨਾਲ ਹੀ। ਚਲੋ ਠੀਕ ਹੈ, ਮੈਨੂੰ ਰੋਕਣਾ ਪਏਗਾ ਵਿਚਾਲੇ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਸੰਘੇੜਾ ਸਾਹਿਬ ਮਾਫੀ ਚਾਹੂੰਗਾ, ਲਾਸਟ ਕਮੈਂਟ ਲਈ ਨਹੀਂ ਆ ਪਾਊਂਗਾ।